अपनी डायरी ते लिखो, अपनी डायरी ते लिखो इसराइलियों तो नसीहत। अज आप नसीहत नु सीखन जा रहे हैं, क्योंकि वेखो मेरे जीजो, बाइबल दो चीज़ों के बारे दसदी है, हमेशा याद रखना। बाइबल सानू दो चीज़ां क्यों सिखाती है? पाप के बारे भी दसदी है और अच्छे काम बारे भी दसदी है। हुण इहदे चों आपां सिलैक्ट करना, आपां कहड़ी चीज़ नू सिलैक्ट करदे, पाप नू चुनदे आ कि जां प्रभु नू चुनदे आ, इह डिपेंड किहदे ते आ। कई बार देखो जदों एक चीज़ की आपां परख करदे आ, पिछली बार जिहड़ा आपां वचन सुनिया संडे विच, उत्थे आपां एक चीज़ नू सिखिया सी कि बलद अपने मालक नू ते खोता अपने साईं दी कुरली नू की करदा, किड्डा वड्डा भेद ही। क्योंकि जानवर हो के वफादार आ, आप इंसान हो के वफादार नहीं आ। आमीन। और पिछली जो बुधवार आपां एक टॉपिक नू सिखिया सी, थोड़ा होर जूम कर दे बेटे, जूम कर, मैनू देख के जूम कर, कर 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 कर, थोड़ा जिहा होर कर कर कर, ओके हुण ठीक है, हालेलुया। पिछली बार अपना टॉपिक की सी जे पता ते अपने हाथ खड़े करो। पिछले बुधवार का की टॉपिक सी अपना? हालेलुया। भैन हरिंद्रा की छुट्टी ही, उदन हरिंद्रा भैन नहीं सी आई, बाकी साडियां भैणां सारियां आई। ਤੁਸੀਂ ਸਾਰੇ ਬੈਸਟ ਡੇ, ਡਰਿਆ ਨਾ ਕਰੋ, ਖੁਸ਼ ਰਿਹਾ ਕਰੋ। ਪ੍ਰਭੂ ਦੇ ਬੱਚੇ ਜੇ ਜਿਹੜਾ ਪਰਮੇਸ਼ਵਰ ਦੇ ਕੋਲ ਆਉਂਦਾ ਨਾ, ਉਹ ਆਮ ਨਹੀਂ ਹੁੰਦਾ। ਤੁਸੀਂ ਆਮ ਲੋਕ ਨਹੀਂ ਜੇ, ਤੁਹਾਨੂੰ ਬੜੀ ਵਾਰਾ ਕਹੀਦਾ, ਮੈਂ ਵੇਖੋ ਮੈਂ ਦਬਕੇ ਨਹੀਂ ਮਾਰਦਾ। ਦਬਕਿਆਂ ਦਾ ਪਤਾ ਕੀ ਚੱਕਰ ਹੁੰਦਾ? ਜੇ ਡਿਊਟੀ ਨਹੀਂ ਸਹੀ ਹੋ ਰਹੀ, ਥੋੜ੍ਹਾ ਬਹੁਤਾ ਤਾਂ ਕਹਿਣਾ ਹੀ ਪੈਣਾ। ਜੇ ਉੱਕਾ ਨਾ ਕਹਾਂਗੇ ਤਾਂ ਕਹਿਣਾ ਠੀਕ ਆ, ਆਪਾਂ ਜਿੱਦਾਂ ਕਰਨ ਡੇ ਆ ਠੀਕ ਕਰ ਰਹੇ ਆ। ਰਾਤ ਦੇ ਸਮੇਂ ਇੱਕ ਬ੍ਰਦਰ ਕਹਿ ਰਿਹਾ ਕਿ ਪਾਸਟਰ ਅੰਕੁਰ ਕਈਆਂ ਬੰਦੇ ਨੂੰ ਵਾਲਾਂ ਤੋਂ ਫੜ ਕੇ ਇੱਦਾਂ ਮਾਰਦਾ ਵਿੱਚ ਲਿਆ ਕੇ। ਉਹਦਾ ਕਾਰਨ ਕੀ? ਉਹ ਨਾਰਾਜ਼ ਨਹੀਂ ਆ, ਉਹਨੂੰ ਸਿਖਾਉਂਦਾ ਕਿ ਡਿਊਟੀ ਤੂੰ ਕਿੱਦਾਂ ਕਰਨੀ। ਹੁਣ ਮੰਨ ਲਓ ਇੱਕ ਬੰਦਾ ਕੈਮਰਾ ਚਲਾਉਂਦਾ, ਉਹ ਕੈਮਰਾ ਛੱਡ ਕੇ ਉੱਧਰ ਉਤਰਿਆ ਫਿਰੇਗਾ, ਤਾਂ ਉਹ ਫਿਰ ਸਹੀ ਥੋੜ੍ਹੀ ਕਰਨ ਡਿਆ। ਤਬਲੇ ਵਾਲਾ ਕਹੇਗਾ ਮੈਂ ਫੋਨ ਲਾ ਕੇ, ਕਾਨ ਨੂੰ ਲਾ ਕੇ, ਉੱਧਰ ਝਿੜਕਾਂ ਪੈਣਗੀਆਂ। ਇਹ ਝਿੜਕ ਨਹੀਂ ਮੇਰੇ ਜੀਜੋ, ਆਹੀ ਕਿਸੇ ਨੂੰ ਝਿੜਕ ਨਹੀਂ ਮਾਰ ਆਈਆਂ ਨੇ। ਜਿਹੜਾ ਵੀ ਤੁਹਾਡਾ ਰੋਲ ਆ ਨਾ, ਉਹਨੂੰ ਵਫਾਦਾਰੀ ਨਾ ਕਰੋ। ਸਮਝ ਆਈ? ਤੁਹਾਡਾ ਆਉਣਾ ਵਫਾਦਾਰੀ ਨਾ ਹੋਵੇ, ਅਤੇ ਮੇਰਾ ਵਚਨ ਬੋਲਣਾ ਵਫਾਦਾਰੀ ਨਾ ਹੋਵੇ। ਜਦੋਂ ਦੋਵੇਂ ਧਰਾਂ ਦੀ ਇੱਕੋ ਜਿਹੀ ਹੋਣਗੇ ਨਾ, ਤਾਂ ਫਿਰ ਬਲੈਸਿੰਗ ਤੇ ਆਟੋਮੈਟਿਕ ਸਾਡੇ ਜੀਵਨ 'ਚ ਐਂਟਰ ਹੋਏਗੀ ਹੋਏਗੀ। ਤਾਰਾਂ ਹੀ ਗਲਤ ਲੱਗ ਰਹੀਆਂ, ਤਾਰਾਂ ਹੀ ਜਦੋਂ ਕਨੈਕਸ਼ਨ ਹੀ ਗਲਤ ਲੱਗਣ ਡਿਆ, ਤਾਂ ਕੀ ਬਲੈਸਿੰਗ ਹੋਏਗੀ? ਪਟਾਕੇ ਜ਼ਰੂਰ ਪੈਣਗੇ। ਇਸ ਤਰ੍ਹਾਂ ਨਹੀਂ ਕਰਨਾ। ਮੈਂ ਵਾਰ ਵਾਰ ਤੁਹਾਡੇ ਅੱਗੇ ਇੱਕੋ ਬੇਨਤੀ ਕਰਦਾ, ਮੈਂ ਕਿਸੇ ਨਾਲ ਨਾਰਾਜ਼ ਨਹੀਂ। ਜੇ ਮੈਨੂੰ ਕੜਕ ਕੇ ਬੋਲਦਾ ਮੈਂ, ਤਾਂ ਇਹ ਨਾ ਸੋਚੋ ਵੀ ਸ਼ਾਂਤ ਦਬਕੇ ਮਾਰਦਾ, ਨਾ ਪਿਆਰ ਹੈ ਮੇਰਾ। ਵੇਖੋ ਮੇਰੇ ਭੈਣ ਭਰਾਓ, ਅੱਜ ਸਾਡੇ ਘਰ 'ਤੇ ਕੋਈ ਪ੍ਰੋਬਲਮ ਆਏਗੀ, ਉਹਦਾ ਦੁੱਖ ਤਾਂ ਮੈਨੂੰ ਵੀ ਨਾਲ ਹੀ ਹੋਣਾ, ਤੁਹਾਨੂੰ ਇਕੱਲਿਆਂ ਨੂੰ ਥੋੜ੍ਹੀ ਹੋਣਾ, ਮੈਨੂੰ ਵੀ ਨਾਲ ਹੀ ਹੋਣਾ। ਕਿਉਂਕਿ ਮੈਨੂੰ ਇਸ ਕਰਕੇ ਹੋਣਾ ਕਿ ਵੇਖੋ ਮੈਂ ਇਹਨਾਂ ਨੂੰ ਕਿੰਨਾ ਦੱਸਿਆ, ਪਰ ਇਹਨਾਂ ਨੂੰ ਉਸ ਗੱਲ ਵੱਲ ਧਿਆਨ। ਬਾਈਬਲ ਤਾਂ ਹੀ ਤਾਂ ਵਾਰ ਵਾਰ ਕਹਿੰਦੀ ਹੈ, ਜਦੋਂ ਆਪਾਂ ਸੁਲੇਮਾਨ ਦੀਆਂ ਕਹਾਵਤਾਂ ਨੂੰ ਪੜ੍ਹਦੇ ਬੜੇ ਅੱਛੇ ਤਰੀਕੇ। ਇੱਕ ਮਾਈਕ ਪਿੱਛੇ ਲੈ ਲਓ, ਇੱਕ ਮਾਈਕ ਪਿੱਛੇ ਸਾਈਡ, ਐ ਵਾਲਾ ਜਿਹੜਾ ਵੀ। ਹੁਣ ਵੇਖੋ ਅੱਜ ਆਪਾਂ ਜਿਹੜੇ ਵਚਨ ਨੂੰ ਸਿੱਖਣਾ ਵਾ, ਹੁਣ ਮੈਂ ਬੁੱਧਵਾਰ ਦਾ ਵਚਨ ਪੁੱਛਿਆ, ਕਿਸੇ ਨੂੰ ਯਾਦ ਨਹੀਂ ਆ, ਅਤੇ ਮੇਰੇ ਜੀਜੋ ਅੱਗੇ ਅੱਗੇ ਸਿੱਖਦੇ ਜਾਂਦੇ ਜੇ, ਤਾਂ ਪੁਰਾਣਾ ਭੁੱਲਦੇ ਜਾਂਦੇ ਜੇ, ਕੀ ਹੋਏਗਾ? ਹਰ ਸਾਲ ਵਿੱਚ ਆਪਣੀ ਡਾਇਰੀ ਲਾਇਆ ਕਰੋ, ਜੇ ਬੱਚੇ ਹੋਰ ਕਲੀਅਰ ਬਣਨਾ। ਜਦੋਂ ਤੁਹਾਡੇ ਅੰਦਰ ਵਚਨ ਨਹੀਂ ਨਾ ਹੈਗਾ, ਸ਼ੈਤਾਨ ਗੁੰਮਰਾਹ ਕਰੇਗਾ ਤੁਹਾਨੂੰ। ਸਾਡੇ ਜੀਵਨ 'ਚ ਪ੍ਰੀਖਿਆ ਕਦੋਂ ਆਉਂਦੀਆਂ? ਜਦੋਂ ਅਸੀਂ ਪ੍ਰੇਅਰ ਤੋਂ ਲੈਸ ਹੋ ਜਾਂਦੇ ਹਾਂ, ਜਦੋਂ ਚਰਚ ਆਉਣਾ ਲੈਸ ਕਰ ਦਿੰਦੇ ਹਾਂ, ਰੋਜ਼ੇ ਰੱਖਣੇ ਬੰਦ ਕਰ ਦਿੰਦੇ ਹਾਂ, ਦਾਸ ਦਾ ਵਚਨ ਨਹੀਂ ਸੁਣਨਾ। ਸ਼ੈਤਾਨ ਇਹੋ ਜਿਹਾ ਮੇਰੇ ਮਨ 'ਚ ਕੇਲੇ ਪਾਉਂਦਾ, ਮੈਂ ਕਿਸੇ ਦਾਸ ਦਾ ਵਚਨ ਸੁਣਾ, ਉਹ ਗਾਂ ਘੁੰਮਾ ਦੇ, ਇਹਦੇ ਕੋਈ ਕੀ ਸੁਣਨਾ ਹੀ। ਉਹਨੂੰ ਪਤਾ ਜੇ ਸੁਣ ਲਿਆ ਇਹਨੇ ਪੜ੍ਹਨਾ, ਇਹਨੇ ਪ੍ਰੋਬਲਮਾਂ 'ਚੋਂ ਬਾਹਰ ਕੀ ਹੋ ਜਾਣਾ। ਸ਼ੈਤਾਨ ਅੱਜ ਗੁੰਮਰਾਹ ਕਰਦਾ ਤੁਹਾਨੂੰ, ਹੈਰੈਸਮੈਂਟ ਦੀ ਸਪਿਰਿਟ ਹੈ ਜਿਹੜੀ ਲੋਕਾਂ ਨੂੰ ਤੰਗ ਕਰ ਰਹੀ, ਲੋਕਾਂ ਨੂੰ ਪਤਾ ਹੀ ਨਹੀਂ ਹੈਗਾ। ਇਸ ਕਰਕੇ ਮੇਰੇ ਜੀਜੋ, ਇੱਕ ਆਪਾਂ ਐਤ ਪੜਾਂਗੇ ਸਿਸਟਰ ਜੀ ਦੇ ਨਾਲ, ਦੂਸਰਾ ਕਰੰਥੀਓ ਉਹਦੇ 4:4। ਇਹਨੂੰ ਧਿਆਨ ਦੇ ਕੇ ਸਾਰਿਆਂ ਨੇ ਸਿੱਖਣਾ। ਵੇਖੋ ਸ਼ੈਤਾਨ ਕਿਸ ਤਰੀਕੇ ਨਾਲ ਤੁਹਾਨੂੰ ਹੈਰੈਸਮੈਂਟ ਕਰਦਾ। ਅੱਜ ਕਿੰਨੇ ਲੋਕ ਉਹਦੇ ਸ਼ਿਕਾਰ ਆ। ਸਾਡੇ ਪ੍ਰੇਤ ਬੁਰਾ ਬੁਲਾਵੇਗਾ, ਪਾਸਟਰ ਨਹੀਂ ਚੰਗਾ, ਤੈਨੂੰ ਦਬਕੇ ਮਾਰਦਾ, ਤੂੰ ਉਹਦੀ ਕਿਉਂ ਗੱਲ ਮੰਨਦਾ, ਤੇਰੀ ਬੇਇੱਜ਼ਤੀ ਕਰਤੀ, ਤੇਰੀ ਡੰਡ ਲਾਤੀ ਸਾਰਿਆਂ ਦੇ। ਨਹੀਂ ਨਹੀਂ, ਡੰਡ ਨਹੀਂ ਆ, ਇਹਨੂੰ ਡੰਡ ਕਦੀ ਨਹੀਂ ਕਹਿਣਾ। ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਪਰਮੇਸ਼ਵਰ ਨੇ ਕਰੂਸ ਚੁੱਕਣਾ ਸੀ,
तो बाइबल दे विच लिखा कि जिहड़ा पत्रस सी परमेश्वर ने अपनी क्रूस का अगम वा किया कि मैं यरूशलम जावांगा, मैं बजुर्गों के हाथ च दिता जावांगा, वो मैनू कुटणगे, मतलब कि मारनगे, कोटड़े मारनगे, तो मैं तीसरे दिन बाद फिर मुरदिया में चुकी हो जाऊँगा। प्रभु अपने आने की की दस रहा है, जो प्रभु यीशु ने होने वाला सी आने वाले समय के बारे दस रहा कि चेलियां हूँ सुनो ध्यान दे के ये आवाज़ में ये वर्ड क्यों बोलिया, ये मैं उन्होंने भैन भरावें नहीं बोलता जेडे दास का गुस्सा करते हैं, गुस्सा नहीं करना, गुस्सा नहीं करना। पत्रस ने की बोलिया, परमेश्वर साइड ते करके लै गया पत्रस प्रभु यीशु नूं, आंदा परमेश्वर मैं चाहुंदा तेरे वास्ते इदा ना होए, इधर मेरे किसी नूं कोई पुछना नहीं बीबी मैं तेनूं दसांगा। इहो गल्लां मैनूं अपसैट लगदी जदों वचन च लोग लीन होए हुंदे ना दूजा नूं छेड़ दिंदा, समझ लो सारी सुरत गई, इहो दुष्ट चाहुंदा। जदों वचन सुणदे तुहाडे कन्न इदां होणे चाहीदे इदां करके इधर को इदां सारी मेरे अंदर आवाज जानी। वेखो मैं तो नेकी गल दसा, अज जिन्हें बेस्ट बनना ना उन्हें पूरा ध्यान दे के सुन, मैं नहीं कहना कि तू तो उन्होंने पता मैं बनना वा, मैनू पता मैं बरकत लैनी है, मैनू पता मैं ऑनर च वधना, तो तुहानू मैनू कहन दी थोड़ी थोड़ी भैन सुन भरा सुन, तुहानू पता सुनना तुझ फायदा किहदा वा साडा, जिन्हें नहीं सुनना वो तो नहीं सीरीयस हैगा प्रभु लई, प्रभु सीरीयस हैगा तुहानू बरकत देण लई, पर सुन वाला सीरीयस नहीं हैगा, तुहाडा गवांढी भी शैतान हो सकदा जी, समझ आई, बच्चा शैतान हो सकता। हुण कई कहणगे यार बच्चिआं नाल प्रभु ने प्यार किया, कीता प्यार प्रभु ने, पर जिहड़ा बंदा तुहानू बंदगी तो डिस्टर्ब कर रहा समझ लो तुहाडे वास्ते कौन आ, फिर शैतान आ, फोन भी शैतान आ, तुसीं प्रेयर ते बैठे विच फोन आई जाणे, फोन आई जे ना चुकिया तां लोक नाराज, साडा फोन पर उहनूं हुण कड़ी अगले ने फोटो आउंदी भी अग्गे पास्टर प्रेयर ते बैठा वा, बस इहना जे इक वार फोन नहीं चुकिया दो वार नहीं चुकिया समझ लो प्रेयर ते आ, उहनूं बाद च नहीं तंग करना, आमीन। और उस तो बाद वेखो बाइबल दे विच की लिखिया, परमेश्वर दा दास जिहड़ा सी पत्रस उन्हें की बोलिया, कहिंदा परमेश्वर मैं चाहुंदा कि तू सलीब की करे, फिर परमेश्वर ने की बोलिया, हे शैतान मेरे कोलो की आ जा, तू परमेश्वर दे कम्मां नूं नहीं तू मनुखां दे हुक्मां दी पालना की है। हुण मैनूं दसो ये गल दा जवाब, हुण परमेश्वर ने पत्रस नूं डांटिया कि जां उहदे विच गलत आदत नूं डांटिया, बोलो है कुलदीप भैन, उदन मैं किनू डांटिया, इन्हों मैं क्यों डांटदा, कवैर क्यों डांटदा, मैं तुहानू ये गल कहना कि जो कहने कोई भी भैन भरा गुस्सा करता ना कंसैप्ट लैके आया करो, कंसैप्ट हर गल का एक कंसैप्ट आ, जो तुहानू कंसैप्ट का नहीं पता तुसीं गुस्सा करी जांदे ये तुहाडी फिर गलत आदत आ। परमेश्वर जाण के भी अपने आप नूं मारिया नहीं, प्रभु भी जाण के मारन का मतलब होंदा कि वह चीज़ां नूं छड्ड देना गुस्से वालियां, फिर प्रभु ने भी कहा ठीक है तू गुस्सा कर पर पाप ना कर, आंदा सूरज डुबन तो पहलो पहलो तेरे च हैलो हाए होनी चाहीदी आ, होनी चाहीदी कि नहीं। हुण किन्ने लोग गुस्सा करदे लै सारे हुंदे सानूं झटका फिरदियां, ते प्रभु बाइबल दे विच की लिखिया, संत पौलुस कहिंदा कहिंदा जिहड़ा पाप करदा आ ना उहनूं सारे ते हुंदिआं की कर ताड़, के दूजिआं नूं भी की होवे, किन्ने लोग सुणदे आ, जिहड़े भी बंदे दा कोई भी डाउट कोई भी सवाल आ आओ आपां बाइबल खोल लांगे कर दांगे क्लीयर। हुण वेखो इह जगह ते संडे विच जदों गवाहियां बोलदे साडे संत जी पास्टर पाल जी तो सिस्टर साडी हरियां वाली, उहदे वास्ते हुण मैं स्पैशल इक ड्रम लिआउणा तेल दा भर के रख लैणा मैं, वेखो तुसीं आप हासे पवाउंदे जी। मेरी एक ध्यान दी के गल सुनो, जे तुसीं वर्ड दे प्रभु दी आवाज दे काम नहीं कर रहे तो तुसीं स्याणे हो, तेल की कर दूगा, फिर तेल वड्डा आ गया तो प्रभु ते निगाह जा हो गया है। मैं तुहानूं एक वचन देना चाहुंदा कि जदों एलिया ने जदों ब्याल दे पुजारियां दे नाल उहदी शर्त लगी लगी ना, उहने किन्ने काम कीते, उहने सब तो पहलो जिहड़ी वेदी टुटी सी उहदी मरम्मत कीती, उस तो बाद उन्हें कहा मैनू एक बल्द दे दो कट के, फिर उन्हें लकड़ा चिनिया टोए पटवाए पानी रोड़िया पत्थर लाए, समझ आई। उस तो बाद उन्हें क्या क्या कि परमेश्वर मैं तेरे वचन के अनुसार किया, हुण प्रभु तेरी फायर उतरे और इन्हां नूं समझ लगे कि तू ही इजराइलिया में जूदा कौन आ। ताली मार तो बाद मैं समझा देना, आमीन। हुण
ਇਹਦਾ ਮਤਲਬ ਕੀ ਆ? ਇਹਦਾ ਮਤਲਬ ਤੇ ਤੁਸੀਂ ਸਮਝਣਾ ਨਾ। ਹੁਣ ਜੇ ਆਪਾਂ ਤੇਲ ਹੀ ਲਾਈ ਜਾਂਦੇ ਹਾਂ ਤੇ ਵਚਨ ਨੂੰ ਫੋਲੋ ਨਹੀਂ ਕਰ ਰਹੇ ਤਾਂ ਕਦੀ ਅੱਗ ਉਤਰ ਸਕਦੀ? ਤੁਸੀਂ ਦੱਸ ਦਿਓ, ਕਦੀ ਅੱਗ ਉਤਰ ਸਕਦੀ? ਮੰਨ ਲਓ ਆ ਕੀ ਬੋਟ ਆ ਜੇ ਤੁਹਾਨੂੰ ਇਹਦੀ ਸਾਰੇ ਕੰਮਾਂ ਪਾ ਦਾ ਨਹੀਂ ਪਤਾ, ਤੁਸੀਂ ਕੀ ਬਚੋਗੇ ਇਹਦੇ ਤੇ? ਮੇਰੇ ਕਹਿਣ ਦਾ ਮਤਲਬ, ਉਸ ਦਿਨ ਜਦੋਂ ਆਪਾਂ ਤੇਲ ਮੰਗਦੇ ਹਾਂ ਫਿਰ ਸ਼ੀਸ਼ੀ ਸਾਰੀ ਖਾਲੀ ਕਰਕੇ ਸੁੱਟ ਜਾਂਦੇ ਹਾਂ, ਆਪਾਂ ਘਰੋਂ ਤਾਂ ਕੁਝ ਲਿਆਉਂਦੇ ਨਹੀਂ ਆ, ਫਰੀ 'ਚ ਆ ਸਾਰਾ ਕੁਝ। ਇੱਥੇ ਪਾਸਟਰ ਨੂੰ ਤੋਂ ਮਿਲਣ ਡਿਆ ਸਾਰਾ ਕੁਝ, ਪ੍ਰਭੂ ਨੂੰ ਬੜਾ ਕੁਝ ਪਾਸਟਰ ਨੂੰ ਦਿੰਦਾ, ਮੈਨੂੰ ਤਾਂ ਮਿਲਦਾ ਜਾਣਾ। ਜਿਹੜੇ ਫਰੀ 'ਚ ਕੱਢਦੇ ਫਿਰ ਉਹਨਾਂ ਨੂੰ ਕੀ ਮਿਲਣਾ? ਠੇਂਗਾ। ਬਚਨ 'ਚ ਲਿਖਿਆ ਜਦੋਂ ਤੁਸੀਂ ਪ੍ਰਭੂ ਦੇ ਘਰ ਵਿੱਚ ਆਓ ਤੁਹਾਡੇ ਕੋਲ ਕੁਛ ਨਾ ਕੁਛ ਹੋਣਾ। ਕੀ ਏ, ਸਮਝ ਆਈ? ਪਰ ਆਪਾਂ ਕਹਿੰਦੇ ਕੋਈ ਨਹੀਂ ਪਾਸਟਰ ਕੋਲ ਲੈ ਜਾਓ ਤੇਲ, ਪਾਸਟਰ ਦਾ ਲੈ ਜਾਓ ਜਲ। ਕਈ ਕਹਿਣਗੇ ਪਾਸਟਰ ਜੀ ਬੋਤਲ ਵੀ ਦੇ ਦਿਓ। ਮੈਂ ਕਿਹਾ ਸਾਨੂੰ ਵੀ ਲੈ ਜਾਓ, ਸਾਨੂੰ ਭਰਾ ਲੈ ਜਾਓ ਟੋਕੇ ਟਾਕੇ ਦੇ ਪੱਠੇ ਪੁੱਠੇ ਕੁਤਰਨ ਵਾਸਤੇ। ਸਾਨੂੰ ਇੱਕੋ ਸਿਆਣੇ ਬਣੋ। ਲੋਕ ਜੀਜਸ ਦੇ ਘਰ ਦਿੰਦੇ ਆ, ਲੈਂਦੇ ਨਹੀਂ ਆ। ਇਹ ਝੂਠ ਕੇ ਸੱਚ ਆ। ਤੇਲ ਕਦੀ ਕਿਸੇ ਨੇ ਲੈ ਕੇ ਨਹੀਂ ਆਉਂਦਾ, ਕਦੀ ਕਿਸੇ ਨੇ ਪੇਟ ਨਹੀਂ ਲਿਆਂਦੀ ਕਿ ਮੈਂ ਪੇਟ ਲੈ ਕੇ ਜਾਵਾਂ ਪ੍ਰਭੂ ਦੇ ਘਰ 'ਚ। ਤੁਹਾਨੂੰ ਇਹ ਪਤਾ ਜਿਹੜੇ ਲੋਕ ਚੰਗਿਆਈ ਮੰਗਦੇ ਆ ਬਾਈਬਲ ਉਹਦੇ ਬਾਰੇ ਕੀ ਕਹਿੰਦੀ ਆ? ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਪੁਰਾਣੇ ਨੇਮ ਦੇ ਵਿੱਚ ਜਾਂ ਨਵੇਂ ਨੇਮ 'ਚ ਵੀ ਲੋਕ ਚੰਗੇ ਹੁੰਦੇ ਨਾ, ਉਹ ਆਪਣੀਆਂ ਭੇਟਾਂ ਜਾ ਕੇ ਪ੍ਰਭੂ ਦੇ ਘਰ 'ਚ ਕੀ ਕਰਦੇ ਸੀ? ਆਪਾਂ ਕਹਿੰਦੇ ਪਰਮੇਸ਼ਰ ਦਾ ਦਾਸ ਚੰਗਾ ਆ ਜੇ ਫਿਰ ਤੂੰ ਕੌਣ ਅਤੇ ਮੈਂ ਕੌਣ? ਤੂੰ ਚੰਗੇ ਕਿੱਥੋਂ ਹੁੰਦੇ ਆ? ਉਹ ਤਾਂ ਵਚਨ ਹੀ ਨਹੀਂ ਪੂਰਾ ਕਰ ਰਹੇ। ਮੈਂ ਤਾਂ ਤੁਹਾਨੂੰ ਰੋਜ਼ ਕਹਿੰਦਾ ਕਿ ਵੇਖੋ ਪ੍ਰਭੂ ਆਪਣੇ ਵਚਨ ਤੋਂ ਬਿਨਾਂ ਨਹੀਂ ਜੇ ਕੰਮ ਕਰਦਾ। ਹੁਣ ਉਹ ਭੈਣ ਦਾ ਵਿਸ਼ਵਾਸ ਤੇਲ 'ਤੇ ਹੀ ਆ, ਹੋਰ 'ਤੇ ਕਿਸੇ 'ਤੇ ਨਹੀਂ ਹੈਗਾ। ਨਾ ਵਚਨ ਦਾ ਪਤਾ, ਤੁਹਾਨੂੰ ਇਹ ਪਤਾ ਮੈਂ ਬਹਿਣਾ ਕਿਤੇ ਅਤੇ ਖਲੋਣਾ ਕਿਤੇ, ਮੇਰੇ ਅੱਗੇ ਬੰਦਾ ਹੈ ਕੌਣ ਆ, ਮੈਂ ਗੱਲ ਕਿਹਦੇ ਨਾਲ ਕਰ ਰਹੀ ਹਾਂ, ਜਾਂ ਮੇਰੀ ਮੇਰਾ ਕੰਮ ਕੀ ਅਤੇ ਅਗਲੇ ਦਾ ਕੰਮ ਕੀ। ਹੁਣ ਵੇਖੋ ਉੱਥੇ ਗਵਾਹੀਆਂ ਹੁੰਦੀਆਂ, ਗਵਾਹੀਆਂ ਦੇ ਵਿੱਚ ਪਾਸਟਰ ਪਾਲ ਤੇਲ ਪਾਉਣ ਡਿਆ, ਹੁਣ ਇਹਨੂੰ ਵੀ ਨਾਲ ਹੀ ਝਿੜਕਾਂ ਫਿਰ ਗਈਆਂ। ਝਿੜਕਾਂ ਕਿਉਂ ਫਿਰੀਆਂ? ਕਿਉਂਕਿ ਉਸ ਸਮੇਂ ਵੀ ਕਾਨੂੰਨ ਤੋਂ ਕੀ ਕਰਨ ਡਿਆ ਸੀ, ਗਲਤ ਕਿ ਨਹੀਂ? ਇੱਕ ਬੰਨੇ ਗਵਾਹੀ ਚੱਲਣ ਡੀ ਆ, ਦੂਜੇ ਦੇ ਬੰਨੇ ਆਪਾਂ ਗੱਲਾਂ ਕਰਨ ਡੇ, ਉਹ ਤੇਲ ਮੰਗਣ ਡੀ ਆ। ਹੁਣ ਜਿਹੜਾ ਅਗਲੇ ਬੰਨੇ ਮੈਕ ਫੜ ਕੇ ਬੰਦਾ ਬੋਲਣ ਡਿਆ, ਉਹਨੂੰ ਫਿਰ ਆਪਾਂ ਕੀ ਸਮਝਣੇ ਆ? ਸਮਝ ਆ ਰਹੀ? ਜਦੋਂ ਵਰਸ਼ਿਪ ਹੋਣ ਡੀ ਆ, ਜਦੋਂ ਗਵਾਹੀ ਹੋ ਰਹੀ ਆ, ਐ ਸੁਸਰੀ ਵਾਂਗੂ ਬਣ ਜਾਣਾ ਜੇ ਚੰਗੇ ਹੋਣਾ ਦੇ। ਅਤੇ ਜੇ ਤੁਸੀਂ ਆਪਣੇ ਮਨ ਦੀਆਂ ਚੀਜ਼ਾਂ ਲਿਆਓ, ਤੇਲ ਫੜੋ, ਭਾਜੋ ਭਾਜੋ, ਟਾਈਮ ਬੜਾ ਗਿਆ ਭਾਜੋ, ਸਮਝ ਲਓ ਉਹਨਾਂ ਚੰਗਾ ਨਹੀਂ ਹੋਣਾ, ਉਹ ਮਜ਼ਾਕੀ ਲੋਕ ਨੇ। ਜਦੋਂ ਵੀ ਪ੍ਰਭੂ ਦੇ ਘਰ ਉਹ ਵੱਡੇ ਸੰਤਾਂ ਕਈ ਵਾਰ ਕਿਹਾ ਵੀ ਜਿੰਨਾ ਚਿਰ ਕਲਮਾ ਬਰਖਾਸਤ ਨਹੀਂ ਨਾ ਹੁੰਦਾ, ਉਹਨਾਂ ਚਿਰ ਬਰਕਤ ਨਹੀਂ ਪ੍ਰਭੂ ਦਿੰਦਾ, ਬਰਕਤ ਤਾਂ ਕਲਮਾ ਦੇ ਐਂਡ 'ਤੇ ਪੜਿਆ ਜਾਂਦਾ। ਅਤੇ ਲੋਕ ਅੱਧ 'ਚ ਆਏ, ਪਹਿਲੇ 2 ਵਜੇ ਹੋਣਾ, ਫਿਰ ਅੱਧ 'ਚ ਹੀ ਨੱਠ ਜਾਣਾ, ਤਾਂ ਉਹਦੀ ਬੰਦਗੀ ਕਿਉਂ ਗਈ? ਹੋਸ਼ਿਆ 4:6 ਵਾਰ ਵਾਰ ਕਿਉਂ ਬੋਲਦਾ? ਆਂਦਾ ਮੇਰਾ ਗਿਆਨ ਹੋਣ ਨਾ ਹੋਣ ਕਰਕੇ ਪ੍ਰਜਾ ਦਾ ਕੀ ਹੋ ਰਿਹਾ? ਉਹਨੇ ਥੋੜ੍ਹੀ ਹੈ ਕਿ ਪਾਸਟਰ ਨਹੀਂ ਹੈਗੇ, ਉਹਨੇ ਕਿਹਾ ਗਿਆਨ ਹੀ ਨਹੀਂ ਹੈਗਾ। ਅਤੇ ਜਿਹੜੇ ਚਲੋ ਮੈਂ ਮੰਨਦਾ, ਚਲੋ ਅਨਪੜ੍ਹ ਬੰਦਾ, ਅਨਪੜ੍ਹ ਸੁਣ ਤਾਂ ਸਕਦਾ ਕਿ ਨਹੀਂ? ਹਾਲੇਲੂਇਆ। ਅਨਪੜ੍ਹ ਬੰਦਾ ਸੁਣ ਸਕਦਾ, ਜਦੋਂ ਅਨਪੜ੍ਹ ਸੁਣੇਗਾ ਤਾਂ ਪੜ੍ਹੇ ਤੋਂ ਵੱਧ ਉਹਦੀ ਜ਼ਿੰਦਗੀ 'ਚ ਅੰਬਲ ਹੋਏਗਾ। ਹੁਣ ਉਹ ਭੈਣ ਵੇਖੋ ਕਿੰਨੇ ਚਿਰ ਦੀ ਆਉਂਦੀ ਆ, ਦੱਸੋ ਫਿਰ ਤੇਲ ਕੀ ਕਰੇਗਾ? ਦੱਸ ਦਿਓ, ਤੇਲ ਵੀ ਉਦੋਂ ਕੰਮ ਕਰਦਾ ਜਦੋਂ ਤੁਸੀਂ ਵਚਨ 'ਤੇ ਪਹਿਲਾਂ ਆਪਣੇ ਆਪ ਨੂੰ ਬਦਲਦੇ ਜੇ, ਪਹਿਲਾਂ ਅੰਦਰ ਤੋਂ ਬਦਲਣਾ, ਫਿਰ ਤੇਲ ਕੁਝ ਕਰੇਗਾ, ਨਹੀਂ ਤਾਂ ਤੇਲ ਹੀ ਲੱਗਾ ਰਹਿ ਜਾਏਗਾ। ਹੁਣ ਵੇਖੋ ਜਿਹੜੀ 12 ਸਾਲ ਦੀ ਰੋਗਨ ਦੇ ਬਾਰੇ ਆਪਾਂ ਕਿੰਨੀ ਵਾਰ ਪੜ੍ਹਦੇ ਹਾਂ ਕਿ ਜਦੋਂ ਉਹਨੇ ਮਨ ਬਣਾਇਆ ਕਿ ਕੱਲ੍ਹ ਮੈਂ ਜਾਵਾਂਗੀ ਅਤੇ ਮੈਂ ਚੰਗੀ ਕੀ ਆ, ਪ੍ਰਭੂ ਯਿਸੂ ਨੇ ਤਾਂ ਉਹਨੂੰ ਵੇਖਿਆ ਨਹੀਂ, ਉਹਨੇ ਪੱਲਾ ਛੂਹਿਆ, ਫੇਤ ਕੀਤਾ, ਤੂੰ ਚੰਗੀ ਕੀ ਆ। ਹੁਣ 4-4 ਘੰਟੇ ਜਿਹੜਾ ਵਚਨ ਆਪਾਂ ਸੁਣਾਉਣੇ ਆ, ਇਹ ਕਿੰਨਾ ਲਈ ਆ? ਚਰਚ ਲਈ ਕੇ ਕੰਧਾਂ ਲਈ? ਆਪਾਂ ਵਚਨ ਵੀ ਸੁਣਦੇ ਹਾਂ ਫਿਰ ਵੀ ਉੱਤੇ ਯਕੀਨ ਨਹੀਂ ਆ, ਫਿਰ ਆਪਾਂ ਕਹਿੰਦੇ ਤੇਲ ਲਾ ਦਿਓ, ਪਾਸਟਰ ਜੀ ਫਿਰ ਹੱਥ ਲਾ ਦਿਓ, ਪਾਸਟਰ ਜੀ ਇੱਥੇ ਕੀ ਆ, ਮੈਨੂੰ ਸਮਝ ਨਹੀਂ ਲੱਗਦੀ ਕੀ ਆ ਇਹ। ਅੱਜ ਵੀ ਚਾਨਣ ਵਿੱਚ ਆਣ ਕੇ ਵੀ ਆਪਾਂ ਕੰਮ ਫਿਰ ਹਨੇਰੇ ਵਾਲੇ ਹੀ ਕਰਦੇ ਹਾਂ। ਹੁਣ ਮੈਂ ਕਈ ਵਾਰ ਕਹਿਤਾ ਕਿ ਅਧਿਕਾਰ ਮਿਲ ਗਏ ਆ, ਹੁਣ ਇਹਨਾਂ 'ਤੇ ਤੁਸੀਂ ਕਰੋ ਕੰਮ, ਪ੍ਰਭੂ ਨੇ ਨਹੀਂ ਕਰਨਾ, ਕਿੰਨੀ ਵਾਰ ਸਿੱਖਿਆ ਦੱਸੋ? ਇਹ ਗੱਲ ਆਪਾਂ ਹਜ਼ਾਰਾਂ ਵਾਰ ਲੱਖਾਂ ਵਾਰਾਂ ਬੋਲਤੀ ਆ, ਪਰ ਜਿਹੜੇ ਤੇ ਬੁੱਧੀ ਵਾਲੇ ਬੰਦੇ, ਉਹਨਾਂ ਨੂੰ ਪਤਾ ਕਿ ਹੁਣ ਪਾਸਟਰ ਨੂੰ ਨਹੀਂ ਮਿਲਣਾ, ਹੁਣ ਮੈਂ ਵਚਨ 'ਤੇ ਚੱਲਣਾ। ਤੁਸੀਂ ਮੈਨੂੰ ਦੱਸੋ ਮੈਂ ਕਿਹਨੂੰ ਮਿਲਦਾ? ਚਲੋ ਮੈਨੂੰ ਦੱਸੋ ਮੈਂ ਕਿਹੜੇ ਪਾਸਟਰ ਕੋਲ ਜਾਣਾ, ਕਿਹਦੇ ਕੋਲ ਲੇ ਹੈਂਡ ਕਰਾਉਣਾ? ਹੈਂ, ਇਬਰਾਨੀਆਂ 12:2 'ਚ ਲਿਖਿਆ ਯਿਸੂ ਦੇ ਵੱਲ ਤੱਕਦੇ, ਪਾਸਟਰ ਦਾ ਹੱਥ ਵੱਡਾ ਕਿ ਪ੍ਰਭੂ ਦਾ ਵਚਨ ਵੱਡਾ? ਹੈਂ, ਜਿਹੜਾ ਮੈਨੂੰ ਬਲ ਦਿੰਦਾ, ਜਿਹਨੇ ਮੈਨੂੰ ਸਾਮਰਥ ਦਿੱਤੀ ਆ, ਹੁਣ ਉਹ ਵੱਡਾ ਵਾ ਕਿ ਮੈਂ ਵੱਡਾ ਵਾਂ? ਬੋਲ ਦਿਓ, ਉਹ ਵੱਡਾ ਨਾ? ਮੈਂ ਕਹਿ ਲੈਣਾ ਕੁਰਸੀ ਵੱਡੀ ਕਿ ਉਹਨੂੰ ਬਣਾਉਣ ਵਾਲਾ ਵੱਡਾ ਵਾ? ਹੁਣ ਮੈਂ ਉਹ ਪੁੱਛਦਾ ਵੀ ਤੇਲ ਵੱਡਾ ਵਾ, ਰਵਾਲ ਵੱਡਾ ਜਾਂ ਪਾਣੀ ਵੱਡਾ ਵਾ? ਬੋਲੋ। ਮੈਂ ਮੰਨਦਾ ਪ੍ਰਭੂ ਇੱਕ ਰੀਤੀ ਨਾਲ ਨਹੀਂ ਚੰਗਾ ਕਰਦਾ। ਹੁਣ ਵੇਖੋ ਇੱਕ ਬੰਨੇ ਬੰਦਾ ਇਕਰਾਰ ਨਹੀਂ ਕਰਦਾ, ਇੱਕ ਬੰਦੇ ਉਹ ਪੂਰੇ ਪੂਰੇ ਕੰਮ ਨਹੀਂ ਛੱਡਦਾ, ਉਹ ਤੇਲ ਮਲੀ ਜਾਂਦਾ, ਆਇਲ ਮਲੀ ਜਾਂਦਾ, ਕੀ ਅਸਰ ਹੋਏਗਾ? ਤੁਸੀਂ ਦੱਸ ਦਿਓ ਮੈਨੂੰ, ਕੋਈ ਹੋਏਗਾ? ਬੋਲੋ, ਸੋਚ ਕੇ ਜਵਾਬ ਦੇਣਾ।
तेल जिहड़ा ना तेल क्यों लाने आपां तेल जिहड़ा अभिषेक नूं दर्शाउंदा कि तेल लाउण दा मतलब बंदे नूं अनॉइंट करना अनॉइंट मीन इहनूं चुनना और इहदे इहदे उपर एक ड्यूटी ड्यूटी देनी इहनूं तेल दा मतलब इह आ ते जिन्हां नूं पता ही नहीं है कई हुण बपतिस्मा लै लैंदे आ कि शायद बपतिस्मा लैण नाल दुष्ट आत्मे निकल जाण बपतिस्मा दा मतबल अलग गया ते शैतान दा काम कढ़ना अलग गया जिहड़े बंदे नूं बपतिस्मे दी फुल फॉर्म दा नहीं पता वह सोचता चल मैं भी डोबा ले लां डोबा तो ले लिया गाड़ी चलने का पता ही तेनों पता तू की कर रहा है वचन की सब तो पहला गहराई नूं जानना बड़ा जरूरी विश्वासियों वास्ते अज लोग गलत शिक्षावां दे विच क्यों फसे आ क्योंकि पता ही नहीं बाइबल का आप पढ़नी नहीं चंगे चर्च में नहीं जाना चंगे अगुए के नाल नहीं रहना अच्छी टीचिंग नहीं लैनी ये वेखना भी 10 बजे जाना तो 12 बजे निकलना उतों नाल नाल अपने भी काम करने उधर भी अज की करेगा खुदा करेगा तुहानू बुधवार क्यों सद्या जाता ये बुधवार जी खास करके जेडे सेवक लोग आ वलंटीयर आ कवैर आ साडे भैन भरावा ये उन्हां दी मीटिंग आ पर होना नहीं चाहते वो कहें आप ठीक है संडे जे एक बंदगी कर ली बस ठीक है तो बाकी 6 दिन कूच 23-25 क्यों सानू बार बार सिखाउंदी कि तुसीं यहावा परमेश्वर दे की करना उपासना प्रभु ने कहा मैं तेरी रोटी च तेरे पानी च आशीष दूंगा मैं तेरे चो बंबारी की कर दांगा 3 चीज़ा नंबर 1 ब्लैस पानी रोटी ते बंबारी हुण किदा उहदी भगती करना ते जिहनूं इह नहीं पता इहदा वर्ड की वर्ड ते पढ़ लै पर इहदा अर्थ की हर चीज़ दा मेरे जीजो इक अर्थ आ जिहड़े जिहड़े भी कोई भैन भरा सेवा कर रहे मैं हाथ जोड़दा मैं कि इन्हां नाराज नहीं मैं दबके नहीं मारने चाहुंदा मैं क्यों दबके मारा मैं तो बच्चा वा इन्हां दा वड्डियां दा पर वेखो मैं तुहानूं फिर एक वचन च मैं तुहानूं फिर फसा सकदा वा इत्थे फिर ड्यूटी वालियां नूं बाइबल दे विच लिखिआ कि जदों दाऊद ने हैकल नहीं बनाई हुण दाऊद दा हैकल ना बनाउण दा मतलब की कोई दस सकदा उहदा असल परपस की सी कि उहने हैकल नहीं बनाई कोई दस सकदा और कोई सिस्टर ने बोलिया और संतां दा पिछे वड्डिआं दा हथ खड़ाया और कोई दसो हाँ 2 होर हो गए 4 साढ़े 4 लोग वध गए सही गल है हुण जदों परमेश्वर ने दाऊद नूं चुणिआ कि मनुख परमेश्वर दे हिरदे दा मनुख आ उन्हें की बोलिया कि दाऊद तू हैकल नहीं बनाएगा यह हैकल तेरा बेटा सुलेमान बनाएगा हुण उहदा कारण की ही क्योंकि दाऊद ने बहुत सारे अपराध किए सी बहुत सारा मारिया ही लोगों इस करके परमेश्वर ने कहा दाऊद यह हैकल तू नहीं बनाएगा यह तेरा पुत्र सुलेमान हैकल की करेगा दाऊद एक हत्यारा बंदा सी ब्लैस भी बहुत ज़्यादा ही प्रभु नूं हिरदे तो प्यार करता ही और दसा कि वह परमेश्वर के हिरदे का मनुख सी पर फिर भी खुदा ने जो उन्हें गलतियां कीतियां उहदे कारण प्रभु ने उन्हें रिजैक्ट करके तो उहदे बेटे नूं सुलेमान नूं चुणिया किने लोग सुन रहे हैं मेरे वाल ध्यान दो ताड़ा फोकस जेड़ा मेरे विच होना चाहिए भैन भरा वे कोई नाराज नहीं है जो ही लोगों की जिंदगी वेने ना घर जाके लड़ाइयाँ झगड़े खिच खिच मैनू केले दिल करता यार सेवा छड खड़ा यार विश्वासी बन जा कि चर्च जाया कर ये सुधरन वाले नहीं है वेखो शैतान ही पाँदा मेरे मन च क्योंकि जी सेवा मैंने खुदा ने दी उन्हें मेरे को लैनी मैं अज ये गल सोचना कि ठीक है प्रभु जो ना सुधरन के फिर ठीक है मैं नूह नबी को अपना परिवार ही बचा ला तो बड़ी फतेह मैं लोगों तो बचा नहीं सकता हुण पलूस की कहिंदा कहिंदा जे मैं जग कमावां ते अपनी जान गवावां तो उहदा मैनूं की लाभ आ वी कहिंदा भाव मैं इह कहिण डिआ कि चर्च च लोकी किन्ने किन्ने चिर दे जुड़े आ पर अजे तक इहनां अपनी आदतां नूं सुधारिआ नहीं ते ना मेरे सामने ना सुधारनी आ प्रभु यीशु भी प्रचार करके चल गया नूह भी प्रचार करके चल गया जिन्ने भी खुदा दे दास आए आ पर किसे ने उहनां दी गल वल हुण मूसा विचारा किन्ना खपदा सी उहदी वी नहीं गल मन्नी पर मैं नहीं कहता कि मेरे सारे भैन भरा इदा दे आ उन्हां च चंगे लोग भी हैगे आ बाइबल तां ही कहिंदी आ कि 4 प्रकार के लोग ही जिहड़े प्रभु यीशु दे कोल आउंदे सी हालेलुया किन्ने प्रकार के भैणो 4 पर मैं उस उधर नहीं जावांगा मैं सब तो पहले इस गल नूं क्लीयर करांगा कि दाऊद हैकल क्यों नहीं बना सकिया उहदा इक रीजन सी क्योंकि दाऊद ने बहुत सारिया लड़ाइया कीतियां बहुत सारे जंग किए बहुत सारे लोगों को मारिया इस करके पर हाँ सिलेक्शन दाऊद की सी पर जो दाऊद की जिंदगी बहुत सारे गलत काम हुए प्रभु ने चुक के उहदे बेटे सुलेमान नूं सिलेक्ट किया कि हैकल तू बना अज तुहानूं कोई पुछ ले कि दाऊद हैकल क्यों नहीं बना सकिया सुलेमान ने क्यों बनाई तुसीं की जवाब दोगे हालेलुया
मैं तुहानू यह गल कहना वेखो तुसीं जूंदी चर्च नाल जुड़े सच नाल जुड़े जे जिते सच आ उत्थे रब आ जिन्हें लोग सुनदे मैं कल वर्शिप करी जाऊँगा मैं प्रेयर करी जाऊँगा जब तक भैन भरा बाइबल नूं समझ के अपनी आदत अपने ख्याल अपनियां वो चीज़ां नूं नहीं छड्डणगे तो फिर कुछ नहीं होना तो ये आप सोचते भावें तुसीं छोटी मिनिस्ट्री च जाओ भावें वड्डी च जाओ उत्थे लोग उही चंगे होणे आ जिन्हां लोगों ने अपनी जिंदगी की कर देनी है प्रभु ने वेखो यह भी कानून है चंगे होने का प्रभु ने आख्या इकरार कर माफ़ी मंग तो अगे तो गलती मैं तेनों चंगा किया अज मैं जबूर 107 नूं पढ़न दिया परमेश्वर ने किन्नी बार इसराइलियों नूं बचाया किन्नी बार परमेश्वर मर गए परमेश्वर इदा हुण दिया प्रभु माफ़ कर प्रभु बेचारा फिर माफ़ कर दे दया की थी फिर उन्हें कहा जा मैं तेनों माफ़ करता तू चंगा हो गया हुण परमेश्वर की वडियाई कर ते लोकां विच जाके मेरी गवाही की कर थोड़ा एक चिर चले सही हो गए लत्तां लुत्तां वजन डै पईआं फिर उन्हां कम्मां जी फिर उन्हां कम्मां जी फिर रोए फिर फसे फिर दवाइयां दित्तियां फिर प्रभु ने चंगा किया फिर थोड़ा चिर चले फिर प्रभु ने कहा गवाइयां दो कुछ दिन चले फिर छड्डिया थोड़ा चिर लोग महीना क वाहवा चलते भी चल गए मैं आना भी ये स्पीड इहदी हैगी सही वाली ये समझ ला के ज़्यादा देर नहीं चलना जिहड़ा बंदा धीरज नाल चल रहा हौसले नाल चल रहा समझ लो ने एक दिन कामयाब हो जाना जिन्हें लोग सुनते तो सह दियाँ छाला मारन वाले किन्ने आए साढ़े को पास्टर जी ही तुहानू कैमरा लै देंगे पास्टर जी ही तुहानू जगह लै देंगे मैं कहा भरावा अपनी बना ली जिहड़ी तुहानू देण दिया असी प्रभु कोलों मंगते ही भैन भरावां को नहीं मंगते तो जे भैन भरा बुद्धि वाले होणगे तो इन्हां नूं पता ही पास्टर नूं नहीं देना अभी अपने प्रभु नूं देना तो प्रभु ने सानूं डबल करके की करना हुण ताली नहीं मारदे लैण दा मतलब ये नहीं कि पास्टर नूं देना पास्टर साडे को अहीं थोड़ी मंगदे गे को हुण जदों कई वार वचन सुणदे कि जिहड़ा वचन की शिक्षा लैंदा वो अपने सिखाउण वालिआं नूं सारिआं कम्मां च शामिल करदा तो सिखाउण वाला कौन आ तुहाडा अगुआ तो जे तुसीं अगुए की गल नूं फॉलो नहीं करदे तो तुसीं प्रभु की भी गल नूं फॉलो आमीन उस तों बाद सुलेमान ने हैकल बनाई हुण मैं तुहानूं इह पुछणा चाहुंदा तुसीं वड्डे जे हुण सुलेमान जदों अपने राज गद्दी दे उपर बैठा जदों सिंघासन ते बैठा और बाइबल च लिखिआ कि दाऊद ने आणके उहनूं मत्था टेकिआ मैं तुहानूं इह पुछणा चाहुंदा दाऊद ते उहदा डैडी ही उहने अपने बेटे नूं मत्था क्यों टेकिआ जिहनूं पता अपना सिर हाथ खड़ा करो दो हाथ तीन चार चार हाथ हुण इहदा मतलब की ही पंज साढ़े दस सानूं भी पता समझ लग रही हुण दाऊद ने अपने प्यो नूं मतलब कि प्यो ने दाऊद नूं क्यों मत्था टेकिआ उह तां उहदा बेटा ही अज मान लो मैं तुहाडे विच छोटी उम्र दा तुसीं वड्डे जे तुसीं मैनूं नहीं मत्था टेकणा तुसीं मेरे अहुदे नूं मत्था की कर रहे जे ते दाऊद ने भी उहदे अहुदे नूं की टेकिआ ही हुण ताली साडी कित्थे आ हाँ इह कदी नहीं सोचना कि की आ साडे तों छोटा वा ठीक है मैं छोटा वा पर जिहड़ा प्रभु ने मैनूं अधिकार दित्ता बहुत वड्डा वा समझ आई मैं तां ही कहिंदा कि चर्च नूं बाइबल दी लोड़ जिद्दां इहनां नूं बाइबल दी समझ लग गई ना इहनां किसे नूं माड़ा नहीं बोलना किसे ते बुरा नहीं सोचना इहनां कहिंदा नहीं मेरा ही अज तेरा मेरा क्यों चल रहा क्योंकि बाइबल दी समझ ओशिया क्यों बार बार बेचारा बोलता था प्रभु ज्ञान ना होण करके मेरे लोग मर रहे मेरे लोग बंदवाइयां विच जा रहे हाँ चार दी चार पढ़ांगे आपां हुण इह कैद जिहड़ी मैं शुरू करन वास्ते जा रहे नूं ध्यान दे के सामने सुनना अज किन्ने लोग जिन्हां दीआं अक्खां जिहड़ियां दुष्ट ने अन्नियां कर दित्तियां बुद्धि अन्नी कर दित्ती आ कि चर्च नहीं जाणा बाइबल नहीं पढ़नी तौबा नहीं करनी उहनूं पता कि जे इहने सुन लिया तेने प्रभु ते विश्वास कर जाना और इहदा उधार हो जाना वा शैतान तुहाडे उधार नूं रोकदा जिहने लोग सुनदे थैंक यू जीसस हाँ जी मैं कौन करूं ए दूसरा करंथियो उहदे चार उहदी चार हुण जिहड़ी मैं आयत पढ़ाउण जा रहा अपनी डायरी ते लिख लो ए आयत दा मतलब की आ हाँ जी जिन्हां विच इस युग दे ईश्वर ने बेपरवाहियां दीआं बुद्धां अन्नी इको कटा दे ते फिर मैनूं क्लीयर समझ लगे भैन भरावां नूं वी समझ लग जाए आपां की करां हुण ध्यान दे के मेरे जीजो इस आयत नूं फॉलो करो हाँ जी भैन जी फिर तो पढ़ो हालेलुया
अपने विच कोई दोष नहीं वेखदा तां वी इस तों कित्थे चलण दे जी फर्स्ट दूसरा करंथियां ओदे चार दी की हो रहा मैं छड़ दो ती तुहाडे दोनों को घबरा रहे घबराहट वाला बंदा नहीं पढ़ सकदा स्विच ऑफ कर दे दो आओ मैं एक दे दिलबाग नूं दिलबाग जी एक मिनट रुको एक उधर फटा दिलबाग दिलबाग रुक जा एक मिनट वीर एक मिनट हुण वेखो ये वचन किन्ना लोकां लई आ जिन्हां दीआं शैतान ने बुद्धियां अन्नियां कीतियां नशे खाई जा रहे मरी जा रहे पर चर्च नहीं होना चाहते सट ते सट खाई जा रहे पर चर्च नहीं होना चाहते पूरी पूरी फैमिली उन्हां दी खत्म हो चुकी है कहता जी रह गया तां वी ओह कहिंदे भी नहीं पवित्र बाइबल च लिखिआ इन्हां दे मत्थे जिहड़े तत्ते लोहे दे दागे आ इन्हां दीआं जीभां गल जाणगीआं पर प्रभु कहिंदा मेरा इकरार नहीं करनगे ये अज दा मैसेज किहड़े किन्नां लोकां लई आ जिहड़े लोग परमेश्वर दे उधार नूं नहीं देख रहे जिन्हां दीआं बुद्धियां शैतान ने की कर दित्तियां हाँ जी रिपीट करियो ब्रदर जिन्हां विच इस युग दे ईश्वर ने बेप्रतीतियां दीआं बुद्धा अन्नियां कर दित्तियां हालेलुया सुनो पहले नंबर ते वेखणा कि इस युग दे ईश्वर कौण आ इस युग दा ईश्वर जिहड़ा शैतान आ किन्ने लोकां नूं समझ आई इस युग दा ईश्वर शैतान आ अगे लिखिआ बेप्रतीते किहड़े आ जिहड़े प्रभु दे कम्मां नूं वेख के भी उत्ते विश्वास नहीं करदे बेप्रतीते बेप्रतीते हो जांदे गवाहियां सुन के वचन सुन के कम्मां नूं वेख भी लिया ते तां वी उत्ते यकीन हुण पुराने नीम दा जिहड़ा आपां 95 जबूर पढ़िया उच की लिखिआ आंदे इन्हां दे प्यो दादिआं ने मेरे कम्मां नूं वेख्या वेख्या ना ते प्रभु ने कहा कि मैं भी इन्हां गुस्से विच आण के इन्हां लई सौं खाधी कि मेरी रामगाह दे विच ये फिर तू मानदे की आ हुण मेरे जीजू अज दा वचन जिहड़ा एडा सुपर हिट जे तुसीं बुद्धि वाले होगे ते तुहानूं समझ लग जाए कि वाकई वचन की आ हुण इस सैत नूं नंबर एक वेखो जे तुहानूं पुछ ले किस युग दा ईश्वर कौण आ तुसीं की जवाब दोगे हुण बोलोगे ना पहले की पता किहड़ा ईश्वर तुसीं कहणा प्रभु यीशू ही आ तुसीं कहणा उपर भी ते थले भी प्रभु ही आ नहीं इस धरती दा जिहड़ा ओह धरती आकाश दा ते मालक हैगा ही आ पर इह जगह ते की लिखिआ संत पौलुस की कह रहे कि जिन्हां विच इस युग दे ईश्वर ने बेप्रतीतियां दीआं बुद्धियां अन्नियां कर दित्तियां हाँ जी अते मसीह जो परमेश्वर दा स्वरूप है मते मसीह जो परमेश्वर दा स्वरूप है ओहदे तेज दी खुशखबरी दा जानण हाँ उहनां उत्ते प्रकाश होवे परमेश्वर ते चाहुंदा कि मेरी खुशखबरी दा चानण उहनां ते प्रकाश मिले चानण होवे पर उहनां दी बुद्धियां की कर दित्तियां हालेलुया हालेलुया हुण आपे वेख लो हुण रंबाल वड्डा वा कि साडी बुद्धि अन्नी आ दसो जिहड़ा प्रकाश तुहानूं खुदा दे रहा पर उह बेप्रतीते आ चार घंटे पे वचन सुन के भी प्रतीत नहीं आई दस बजे मीटिंग शुरू हुंदी आ ग्यारह बजे हुंदी आ चार बजे तक हुंदी आ सुन भी लिया फिर भी ध्यान कित्थे आ तेल ते फिर भी ध्यान कित्थे आ रुमाल ते फिर भी ध्यान कित्थे आ हाथ रखे आणगे इह की बेप्रतीते नहीं दिखाउणे परमेश्वर कहता इस युग के ईश्वर ने बेप्रतीतियां दी बुद्धियां अन्नियां कर दित्तियां मत्तियो मसीह नूं परमेश्वर दे स्वरूप है ओहदे तेज दी खुशखबरी दा चानण उस उत्ते भी प्रकाश होवे इह किहड़े लोक आ हुण अज किन्ने लोकां नूं कहिंदा भाई तौबा कर लो बपतिस्मा लै लो स्वर्ग दा राज की आ पर उह कहिंदा नहीं अजे मैं तौबा की आ अजे नहीं मैं करनी अपनी जिंदगी का आप ही मजाक लोग डारे ये वचन वेखो मेरे भैन भरा इन ऐत न हल्के च नहीं लैना ये वो लोग जे खुदा दा दास कहता पास्टर रमनंस कहता मैं फॉरन दे विच मीटिंग करदा सुनो ध्यान दे के कहते मैं फॉरन दे विच मीटिंग कर रहा तो मैं 40 दिन का फास्टिंग किया तो कहते कि एक परिवार ने मैनू अपने घर बुलाया कि पास्टर जी तुम साढ़े घर में आना इनविटेशन दिता कि साढ़े घर जिदा सानू लोग बुलाते कहते मैं गए तो कहते उन्होंने पकौड़े बनाए चाहे बड़ा खाना खुना बनाया हुण ध्यान दे के सुनना इस युग दे ईश्वर ने उन्होंने अखां नीयां कीतियां कहिंदे जदों अहीं गए सिर्फ उन्होंने पानी पुछया तो कहिंदे जदों अहीं एंटर कीती उन्होंने घर च एंटर कर रहे और खुदा दे दास ने बोलिया कि मैं उन्होंने छत्तां उत्ते दुष्ट आत्मे वेखे चमगिद्दड़ दे रूप धार के चमड़े छत्तां नूं 40 दिन का फास्टिंग चलने क्योंकि जो बंदा पवित्रता है प्रेयर चा ये चीज़ा सिर्फ उन्होंने देखदिया सारे नहीं देखदिया हूँ इतने जिन्नी आवाज़ आदि खुदा दा आत्मा दादा वो मैनू देखता जो मेरा भैन भरा सामर्थी उन्होंने भी नज़र आएगा सारे नहीं आएगा उस तो बाद खुदा दे दास कहते कि उस बैठे उन्होंने सानू पानी पियाया
ਤੇ ਕਹਿੰਦੇ ਕਿ ਉਹ ਕੀ ਬਿਹੇਵ ਕਰ ਰਹੇ ਪਰਿਵਾਰ ਇੱਕ ਦੂਜੇ ਵੱਲ ਐਂ ਵੇਖਣ ਕਿ ਜਿੱਦਾਂ ਕਿ ਇਹਨੂੰ ਜਾਣਦੇ ਨਹੀਂ ਐਂ ਵੇਖਣ ਉਹ ਜਿੱਦਾਂ ਪਤਾ ਨਹੀਂ ਡਰੇ ਘਬਰਾਏ ਪਤਾ ਨਹੀਂ ਕੀ ਆ ਤੇ ਕਹਿੰਦੇ ਫਿਰ ਉਹਨਾਂ ਨਾ ਸਾਨੂੰ ਰੋਟੀ ਖਵਾਈ ਅਤੇ ਨਾ ਸਾਨੂੰ ਪਕੌੜੇ ਪੁੱਛੇ ਨਾ ਚਾਹ ਪਿਆਈ ਪਾਣੀ ਪਿਆ ਕੇ ਸਾਨੂੰ ਤੋਰਤਾ ਹੁਣ ਸਮਝਦੇ ਤਾਂ ਮਤਲਬ ਕਿ ਅੱਜ ਬਹੁਤ ਸਾਰੇ ਲੋਕ ਹੈ ਜਿਹੜੇ ਸ਼ੈਤਾਨ ਨੂੰ ਮਤਲਬ ਸ਼ੈਤਾਨ ਉਹਨਾਂ ਨੂੰ ਹਰੈਸਮੈਂਟ ਕਰਦਾ ਸਮਝ ਹੀ ਨਹੀਂ ਹੈਗੀ ਅਸੀਂ ਕਹਿੰਦੇ ਸੋਚਦੇ ਪਰਮੇਸ਼ੁਰ ਇਹਨਾਂ ਦੇ ਘਰ ਗਏ ਅਤੇ ਭੈਣ ਨੇ ਸਾਡੇ ਨੇ ਇੱਦਾਂ ਕਿਉਂ ਬੋਲੀ ਪਰ ਉਹ ਬੋਲਣ ਦਾ ਕਾਰਨ ਭੈਣ ਨਹੀਂ ਉਹਦੇ ਪਿੱਛੇ ਇੱਕ ਡੈਵਲ ਸੀ ਸਮਝ ਆਈ ਕਿ ਨਹੀਂ ਆਈ ਹੁਣ ਵੇਖੋ ਖੁਦਾ ਦਾ ਬੰਦਾ ਗਿਆ ਪਕੌੜੇ ਉਹਦੇ ਲਈ ਕੱਢੇ ਚਾਹ ਬਣਾਈ ਸਭ ਕੁਝ ਬਣਾਇਆ ਪਰ ਉਹਨਾਂ ਨੂੰ ਪੁੱਛਿਆ ਹੀ ਕਿਉਂ ਕਿਉਂਕਿ ਇਸ ਈਸ਼ਵਰ ਦੇ ਯੁੱਗ ਨੇ ਉਹਨਾਂ ਦੀਆਂ ਬੁੱਧੀਆਂ ਕੀ ਕਰ ਦਿੱਤੀਆਂ ਸਮਝ ਆਈ ਕਿ ਨਹੀਂ ਆਈ ਆਪੇ ਸੋਚ ਲਓ ਸ਼ੈਤਾਨ ਦਾ ਇੱਕ ਹਥਿਆਰ ਨਹੀਂ ਜੇ ਸ਼ੈਤਾਨ ਅਲੱਗ ਅਲੱਗ ਤਰੀਕੇ ਨਾਲ ਡੰਗ ਲਾਉਂਦਾ ਜੇ ਪਹਿਲੇ ਗੁੱਸੇ ਦਾ ਡੰਗ ਲਏਗਾ ਫਿਰ ਵਿਚਾਰ ਦਾ ਡੰਗ ਲਏਗਾ ਅਲੱਗ ਅਲੱਗ ਕਰੇਗਾ ਵੀ ਕਿਸੇ ਨਾ ਕਿਸੇ ਡੰਗ ਵਿੱਚ ਫਸ ਜਾਏ ਹੁਣ ਇਹ ਜਿਹੜਾ ਵਚਨ ਹੈ ਕਿਹਨਾਂ ਲਈ ਆ ਜਿਹੜੇ ਲੋਕ ਤੋਬਾ ਨਹੀਂ ਕਰ ਰਹੇ ਜਿਹੜੇ ਲੋਕ ਬਪਤਿਸਮਾ ਨਹੀਂ ਲੈ ਰਹੇ ਕਿਉਂਕਿ ਈਸ਼ਵਰ ਜਿਹੜਾ ਇਸ ਯੁੱਗ ਦਾ ਈਸ਼ਵਰ ਆ ਉਹ ਬੇਪ੍ਰਤੀਤਿਆਂ ਦੀਆਂ ਬੁੱਧੀਆਂ ਉਹਨੇ ਕੀ ਕਰ ਦਿੱਤੀਆਂ ਅੰਨੀਆਂ ਕਰ ਦਿੱਤੀਆਂ ਕਿ ਉਹ ਪਰਮੇਸ਼ੁਰ ਦੀ ਆਵਾਜ਼ ਨੂੰ ਨਾ ਸੁਣ ਸਕਣ ਹੁਣ ਵੇਖੋ ਪ੍ਰਭੂ ਨੇ ਕੀ ਪ੍ਰਚਾਰ ਕੀਤਾ ਇਸ ਲਈ ਮੁੜੋ ਤੋਬਾ ਕਰੋ ਤੁਹਾਡੇ ਪਾਪ ਸੰਤ ਪਤਰਸ ਨੇ ਪ੍ਰਚਾਰ ਕਿਹਾ ਰਸੂਲਾਂ ਦੇ ਕਰਦਾ ਹੁਣ ਪਰਮੇ ਉਹ ਤਾਂ ਕਹਿ ਰਹੇ ਵੀ ਬਚ ਜਾਓ ਪਰ ਦੱਸਿਆ ਕਿ ਇਸ ਯੁੱਗ ਦੇ ਈਸ਼ਵਰ ਨੇ ਉਹਨਾਂ ਦੀ ਬੁੱਧੀ ਨੂੰ ਅੰਨਾ ਕਰਤਾ ਅੱਖਾਂ ਤੋਂ ਤਾਂ ਇੰਨੇ ਹੁੰਦੀ ਆ ਤੇ ਬੁੱਧੀ ਤੋਂ ਵੀ ਕੀ ਹੋ ਗਏ ਸਮਝ ਆ ਰਹੀ ਕਿ ਨਹੀਂ ਆ ਰਹੀ ਜਿਹੜਾ ਬੰਦਾ ਤੋਬਾ ਨਹੀਂ ਕਰਦਾ ਬਪਤਿਸਮਾ ਨਹੀਂ ਲੈਂਦਾ ਆਪਣਾ ਜੀਵਨ ਮਸੀਹ ਨੂੰ ਨਹੀਂ ਦੇ ਰਿਹਾ ਤਾਂ ਸਮਝ ਲਓ ਉਹਦੀ ਬੁੱਧੀ ਕੀ ਹੋ ਚੁੱਕੀ ਆ ਅੰਨੀ ਹੋ ਚੁੱਕੀ ਆ ਕਿੰਨੇ ਲੋਕਾਂ ਨੂੰ ਵਚਨ ਦੀ ਸਮਝ ਆ ਰਹੀ ਹੈ ਸ਼ੈਤਾਨ ਅਲੱਗ ਅਲੱਗ ਤਰੀਕੇ ਨਾਲ ਤੁਹਾਨੂੰ ਮਾਰੇਗਾ ਪਰ ਜੇ ਤੁਸੀਂ ਬਾਈਬਲ ਪ੍ਰੇਅਰ ਵਿੱਚ ਹੋਗੇ ਅੱਛੀ ਸੰਗਤੀ ਨਾਲ ਜੁੜੇ ਹੋਗੇ ਫਿਰ ਬਚ ਜਾਓਗੇ ਮੇਰੇ ਭੈਣ ਭਰਾਓ ਸਮਝ ਆਈ ਕਿ ਨਹੀਂ ਆਈ ਇਸ ਕਰਕੇ ਜਿੰਨੇ ਵੀ ਮੇਰੇ ਜੀ ਜੇ ਜਗ੍ਹਾ 'ਤੇ ਬੈਠੇ ਆ ਆਪਣੀ ਬਾਈਬਲ ਨੂੰ ਸੈੱਟ ਕਰੋ ਸਭ ਤੋਂ ਪਹਿਲਾਂ ਲੜਨਾ ਝਗੜਨਾ ਖਿੱਚਣਾ ਬੰਦ ਕਰੋ ਇੱਕ ਦੂਜੇ ਤੋਂ ਨਫ਼ਰਤ ਕਰਨੀ ਬੰਦ ਕਰੋ ਜੇ ਤੁਸੀਂ ਨਫ਼ਰਤ ਕਰੋਗੇ ਸਮਝ ਲਓ ਅਜੇ ਵੀ ਵੈਰੀ ਦਾ ਡੰਗ ਸਾਡੇ ਅੰਦਰ ਹੀ ਚੱਲਣ ਡਿਆ ਤੁਸੀਂ ਮੈਨੂੰ ਇਹ ਦੱਸੋ ਸ਼ੈਤਾਨ ਜਦੋਂ ਸਾਡੇ ਨਾਲ ਲੜਦਾ ਕਿੱਦਾਂ ਲੜਦਾ ਵਾ ਕਿਸ ਤਰੀਕੇ ਨਾਲ ਲੜਾਈ ਕਰਦਾ ਸਾਡੇ ਨਾਲ ਪਤਾ ਸ਼ੈਤਾਨ ਜਿਹੜਾ ਥੱਲੇ ਆਣ ਕੇ ਨਹੀਂ ਲੜਦਾ ਉਹ ਤੁਹਾਡੇ ਦਿਲ ਅਤੇ ਦਿਮਾਗ ਦੇ ਨਾਲ ਕੀ ਕਰਦਾ ਹੈ ਅਤੇ ਹੈ ਇਹ ਚ ਉਲਟ ਪਾਏਗਾ ਇਹਦੇ ਵਿੱਚ ਵੀ ਉਲਟ ਪਾਏਗਾ ਤਾਂ ਠੀਕ ਹੋ ਗਿਆ ਮੈਂ ਤਾਂ ਸੋਚਿਆ ਨਹੀਂ ਮੇਰੇ ਮਨ 'ਚ ਇਹ ਵਿਚਾਰਾਂ ਕਿਉਂ ਆਉਂਦੀਆਂ ਪਰ ਪਾਉਣ ਕੌਣ ਲਿਆਂਦਾ ਸ਼ੈਤਾਨ ਇਸ ਕਰਕੇ ਮੇਰੇ ਜੀ ਜੋ ਸ਼ੈਤਾਨ ਥੱਲੇ ਨਹੀਂ ਲੜਦਾ ਉਹ ਤੁਹਾਡੇ ਮਾਇੰਡ ਦੇ ਨਾਲ ਲੜਦਾ ਤੁਹਾਡੇ ਦਿਮਾਗ ਨਾਲ ਲੜਦਾ ਸਵੇਰ ਤੋਂ ਸ਼ਾਮਾਂ ਤੱਕ ਰਹਿਣ ਦੇ ਤੋਬਾ ਨਾ ਕਰੀ ਰਹਿਣ ਦੇ ਤੇਰਾ ਮੇਕਅਪ ਛੁੱਟ ਜਾਣਾ ਹੀ ਰਹਿਣ ਦੇ ਇਹਨੇ ਤੈਨੂੰ ਭਗਤ ਨਹੀਂ ਬਣਾਉਣਾ ਇਹਨੇ ਤੈਨੂੰ ਜੀਵ ਜੀ ਬਣਾ ਦੇਣਾ ਸਮਝ ਲਓ ਵੀ ਉਹ ਮਰਨ ਵਾਲਾ ਬੰਦਾ ਵਾ ਕੀ ਲਿਖਿਆ ਲਿਖਿਆ ਇਸ ਜਿਨ੍ਹਾਂ ਵਿੱਚ ਇਸ ਯੁੱਗ ਦੇ ਈਸ਼ਵਰ ਨੇ ਬੇਪ੍ਰਤੀਤਿਆਂ ਦੀਆਂ ਬੁੱਧੀਆਂ ਕੀ ਕਰ ਦਿੱਤੀਆਂ ਉਹਨੂੰ ਮੇਕਅਪ ਬਚਾ ਸਕਦਾ ਬੋਲੋ ਮੇਕਅਪ ਕਿਹੜਾ ਕਰਨਾ ਪਹਿਲਾਂ ਬਾਈਬਲ ਨੂੰ ਪੜ੍ਹੋ ਬਾਈਬਲ 'ਚ ਲਿਖਿਆ ਤੁਹਾਡਾ ਸ਼ਿੰਗਾਰ ਸਿਰ ਗੁੰਦਵੇ ਵਾਲਾਂ ਅਤੇ ਬਾਹਰਲਾ ਨਹੀਂ ਹੋਣਾ ਚਾਹੀਦਾ ਪ੍ਰਭੂ ਦਾ ਸ਼ਿੰਗਾਰ ਤਾਂ ਕੋਈ ਹੋਰ ਹੀ ਆ ਪ੍ਰਭੂ ਦਾ ਸ਼ਿੰਗਾਰ ਪ੍ਰੇਅਰ ਆ ਪ੍ਰਭੂ ਦਾ ਸ਼ਿੰਗਾਰ ਸਭ ਤੋਂ ਪਹਿਲਾਂ ਮਸੀਹ ਨੂੰ ਜੀਵਨ ਦੇਣਾ ਵਾ ਇਹ ਸਭ ਤੋਂ ਵੱਡੇ ਸ਼ਿੰਗਾਰ ਆ ਜਿਹੜੇ ਸਾਡੇ ਨਾਲ ਜਣੇ ਮੇਕਅਪ ਵਾਲਾ ਬੰਦਾ ਮਰਿਆ ਕਦੀ ਮੇਕਅਪ ਨਾਲ ਲੈ ਗਿਆ ਬੋਲੋ ਤੇ ਝੂਠੇ ਦੀ ਕਿਉਂ ਗੱਲ ਮੰਨਦੇ ਜੇ ਕਈ ਵਾਰ ਕਿਹਾ ਝੂਠਾ ਤੇ ਝੂਠਾ ਦਾ ਕੀ ਹੈ ਤੇ ਝੂਠ ਲਾ ਲਾ ਕੇ ਤੁਹਾਨੂੰ ਮਸਕੇ ਲਾ ਲਾ ਕੇ ਇਹ ਕਰਕੇ ਤੁਹਾਨੂੰ ਖੁਸ਼ ਕਰ ਰਿਹਾ ਵੇਖੀ ਤੂੰ ਇੱਦਾਂ ਦਾ ਘਰ ਬਣ ਜਾ ਇੱਦਾਂ ਦਾ ਬਣ ਜਾ ਤੇ ਜਦੋਂ ਬਾਈਬਲ ਪੜ੍ਹਦਾ ਬੰਦਾ ਇੱਦਾਂ ਦੇ ਤਾਂ ਹੈ ਹੀ ਨਹੀਂ ਆ ਇਹ ਤਾਂ ਸ਼ੈਤਾਨ ਆ ਤੁਹਾਨੂੰ ਕੋਈ ਵੀ ਆਵਾਜ਼ ਆਉਂਦੀ ਨਾ ਉਸ ਆਵਾਜ਼ ਨੂੰ ਬਾਈਬਲ 'ਚ ਲੱਭੋ ਵੀ ਆਵਾਜ਼ ਹੈਗੀ ਆ ਉਹਨਾਂ ਸ਼ੈਤਾਨ ਦੀ ਆਵਾਜ਼ 'ਤੇ ਮਗਰੀ ਭੱਜੇ ਫਿਰਦੇ ਰਹੋ ਐਂਡ ਦੇਖੋ ਹੋਏ ਪ੍ਰਭੂ ਸਾਡੇ ਨਾਲ ਬਣਿਆ ਹੀ ਤਾਂ ਹਰ ਸੰਡੇ ਜਾਂਦੇ ਹਾਂ ਪਰ ਕਹਿੰਦਾ ਸੰਡੇ ਜਾਣਾ ਆਵਾਜ਼ ਨਹੀਂ ਨਾ ਸੁਣਦਾ ਪਵਿੱਤਰ ਬਾਈਬਲ ਨੂੰ ਜਦੋਂ ਧਿਆਨ ਦੇ ਕੇ ਆਪਾਂ ਪੜ੍ਹਦੇ ਜਦੋਂ ਮੱਤੀ 7 ਪੜ੍ਹਦੀ ਕੀ ਉਹ 'ਚ ਕੀ ਲਿਖਿਆ ਆਂਦਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਉਹ ਸਵਰਗ ਰਾਜ ਵਿੱਚ ਨਹੀਂ ਜਾਏਗਾ ਜੋ ਉਹਦੀ ਮਰਜ਼ੀ 'ਤੇ ਕੀ ਆ ਹੁਣ ਤੁਸੀਂ ਆਪ ਸਿਆਣੇ ਜੇ ਇਹ ਜਗ੍ਹਾ 'ਤੇ ਬਾਰ ਬਾਰ ਕਿਉਂ ਪਲੂਸ ਨੇ ਜ਼ੋਰ ਦਿੱਤਾ ਕਿ ਜਿਨ੍ਹਾਂ ਵਿੱਚ ਇਸ ਯੁੱਗ ਦੇ ਈਸ਼ਵਰ ਨੇ ਬੇਪ੍ਰਤੀਤਿਆਂ ਦੀਆਂ ਬੁੱਧੀਆਂ ਅੰਨੀਆਂ ਕਰ ਦਿੱਤੀਆਂ ਮਤੇ ਮਸੀਹ ਜੋ ਪਰਮੇਸ਼ਵਰ ਦਾ ਸਰੂਪ ਹੈ ਉਹਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ ਉੱਤੇ ਪ੍ਰਕਾਸ਼ ਹੋਵੇ ਕਹਿੰਦਾ ਮੈਂ ਤਾਂ ਚਾਹੁੰਦਾ ਵੀ ਉਹਨਾਂ ਦੇ ਉੱਪਰ ਪ੍ਰਕਾਸ਼ ਹੁੰਦਾ ਪਰ ਸ਼ੈਤਾਨ ਨੇ ਉਹਨਾਂ ਦੀ ਬੁੱਧੀ ਕੀ ਕਰ ਦਿੱਤੀ ਹੁਣ ਕਈ ਵੇਲੇ ਵੇਖੋ ਘਰਾਂ ਦੇ ਵਿੱਚ ਮਰੇ ਜਿੰਦੇ ਹੁੰਦੇ ਆ ਕਿੰਨੇ ਕਿੰਨੇ ਕੰਮ ਹੁੰਦੇ ਆ ਫਿਰ ਵੀ ਉਹ ਧਿਆਨ ਪ੍ਰਭੂ ਵੱਲ ਕੀ ਕਰਦੇ ਆਪਾਂ ਸੋਚਦੇ ਯਾਰ ਐਡਾ ਵੱਡਾ ਚਮਤਕਾਰ ਵੇਖ ਕੇ ਤਾਂ ਵੀ ਫਟ ਕਿਉਂ ਗਏ ਕਿਉਂਕਿ ਉਹਨਾਂ ਦੀ ਬੁੱਧੀ ਕੀ ਕਰ ਦਿੱਤੀ ਕਿੰਨੇ ਹਾਲੇਲੂਇਆ ਇਸ ਯੁੱਗ ਦੇ ਈਸ਼ਵਰ ਨੇ ਸ਼ੈਤਾਨ ਨੇ ਚਮਤਕਾਰ ਵੀ ਵੇਖਿਆ ਕੰਮ ਵੀ ਵੇਖੇ ਫਿਰ ਵੀ ਉਹਨਾਂ ਨੇ ਫਿਰ ਹਨੇਰੇ ਨੂੰ ਪਸੰਦ ਕੀਤਾ ਕਿੰਨੇ ਲੋਕ ਸੁਣਦੇ ਆ
इस करके मेरे भैन भरा डेविल नू समझो शैतान नू किहड़े तरीके नाल मारदा जे लोकां नू तुहानू प्रेयर तो रोकेगा रहण दे प्रेयर की करनी सौं जा सारी दिहाड़ी थकी है तू रहण दे उहनू पता वा कि जे प्रेयर ते चल गई फिर मैनू नठणा पैणा सुनो कोई बंदा ही कि अदास दे घर बंदगी करन गए इह कि इहने बंदगी कराई कोई पास्टर सी ते कहिंदे बड़ी पुरानी स्टोरी है इह दसनी भी जरूरी चाहिए क्योंकि लोगों के होर असर हो कहता मैं मीटिंग करने गया किसी के घर से अज क्या बंदगी शुरू होनी शैतान पहले आ गया मेरे को पहले ही आ गया कहता सुन गल पास्टर साहब मेरी कहता हाँ कहता मैं जार ना करी इतने सुनो कहता मैं जार ना करी तो कहता वो ये मेरी गल सुनो ये तेनू इन्ना घ्यो खवाते तेरे आ कुछ करते कि कुछ करते अपने न्याणे नहीं देंदे तेन खुश करते तू इन्हों तंग कद नहीं करता सुनो कहता इन्हों ना करा तो आप तंग होव कि लोग सुनते आंदा खाना भी इन्हें कहते तंग भी की करना हाडा यसू कभी तंग करता क्योंकि पवित्र आ प्यार करता शैतान प्यार नहीं करता जुना दस दी दस न पढ़ लो तुम समझ लैजू वो कटदा चरा की करता जी ताड़ी नौ नू सस तो अलग करेगा प्यो नू पुत तो अलग करेगा लड़ाइया करावेगा झगड़े कराएगा ये करतूत जे दुष्ट दी जिन्हू सब तो ज़्यादा तुम प्यार कर दे प्यार करन दा मतलब उहदी गल नू मनना ये सब लो प्यार ही आ परमेश्वर दा वचन कुछ कहिंदा तुम कहिंदे नहीं इदा नहीं इदा ही आ तो फिर किहनू खुश कीता आपां उस तो बाद कुता दा बंदा कहिंदा कहिंदा तू इन्हां नू तंग करदा उहने कहा भी मैं इन्हां नू तंग करना खाना भी इन्हां को ते तंग भी की करना उस तो बाद कहता तेरा इन्ना कर दे तेरना इन्ना तो तू की करता पर वो शैतान जिहड़ा हुंदा ना वो सियाणे कहिंदे ना कि सप्प नू जिन्ना मर्जी दुध पियाई जाओ एंड तैनू डंग मारना ही की करना इहनू समझ लो तुसीं इह शैतान आ इहदी कदी नहीं गल मननी प्रभु यसू की गल मनो बाइबल दे द्वारा सगताई है ते मनो क्योंकि इत्थे सगताई आ तां कि रिहाई है जिन्हें लोग सुनदे आ क्योंकि रिहाई प्रभु दे कोल जे हाँ 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 वैरी गुड जे सकते आ ते रिहाई आ डेविल नहीं जानता ना ही चाहता वा कि तुम वो गल मनो उस तो बाद कहता कि जो मीटिंग शुरू हुई कहते मीटिंग मैं की किया जो वर्शिप स्टार्ट हूँ तुम सियाने जे शैतान कहता मैं जार ना करी वो पास्टर के वास ही वो जार ना हो जो वर्शिप होनी उन्हें जार होना ही दूतों ने जुत्ती फेरनी उन्हें छड़ना थोड़ी आ उस वे दसाया कि जो उन्हें वर्शिप शुरू की शैतान जार हो गया कुड़ी उस वेले दसा कि आंदा इतने बड़े पास्टर है मैनू कभी कढ़ ही नहीं सके जा तू मेरा की कर लेगा जो तो खुदा दा दास कहता मैं प्रेयर की सारे मिलके स्वर्गदूत बुलाए उन्होंने संगल पाए उन्हें जो उन्हें चुक के तो छोटी जी बच्ची उन्हें दर्शन वेख्या कि पास्टर जी जो तुम दूत मंगाए तो उन्होंने जो संगल पा के चुक के सुटे उत्थे जाके नरक के उड गया नाल ही क्योंकि शैतान जिनी मर्जी तुम तो हूँ वेखो तुम कि प्रेयर करें जा जा मैं नहीं तेरे को निकलना तू की है तू मैनू किधर कढ़ना आ गया ये शैतान का एक डर हों लोग पहले ही डर जान होए मैं तो प्रेयर भी नहीं की थी, मैं कढ़ नहीं सकता बाइबल के शब्द पढ़ी जो उन्हें आपे दफा होना जिन्हें लोग सुनते हैं क्योंकि शैतान जिहड़ा बाइबल तो हारदा इहनू हराउणा ते बाइबल जे तुसीं बाइबल नहीं पढ़ोगे तो फिर तुहानू हराउणा जिहने क्योंकि बाइबल तो इहनू रोकणा ते तुहानू इह पता नहीं जिहदा मैं बाइबल ही सब तो ज़्यादा की करनी आ आमीन इस करके वचना च बने रहना हुण समझ आ गई सारिआं नूं देखो इहदीआं करतूतां शैतान दीआं यूहन्ना दी जील पढ़ो जरा सब कोलों यूहन्ना क्योंकि जिन्नी टीचिंग तुसीं लओगे उन्ने बेस्ट बनोगे ते जे समझ लो तुसीं सिख नहीं रहे ते समझ लो तुसीं शैतान दी ग्रिप विच जे कदी वी तुहानूं फड़ सकदा हो छे यूहन्ना अंजील अठ बाप की 42 नंबर है हुण ध्यान दे के सुनना हुण ध्यान दे के सुनना शैतान की आ बाइबल दे विच लिखा हाँ कढ़ दो हाँ जी 42 यशु ने उन्हां नूं आख्या हाँ जे परमेश्वर तुहाडा पिता हुंदा तां तुसीं मैनूं प्यार करदे इस लई जो मैं परमेश्वर तो निकलिया हाँ अते आया हाँ क्योंकि मैं आप तो आप नहीं आया हाँ पर उहने मैनू कल्लिया तुसी मेरे बोल क्यों नहीं समझते इसलिए जो मेरा वचन सुन नहीं सकते हाँ तुसी अपने प्यो शैतान तो हो अते अपने प्यो दीआं कामना दे अनुसार करना चाहते हो हाँ वह तो मुढ़ो मनुख घातक सी
ਅਤੇ ਸੱਚਾਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸੱਚਾਈ ਹੈ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕ ਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ। ਹਲੇਲੂਇਆ ਹਲੇਲੂਇਆ। ਸਮਝ ਆਈ ਆ? ਕਿੰਨੇ ਲੋਕਾਂ ਨੂੰ ਸਮਝ ਲੱਗੀ ਆ? ਤੁਸੀਂ ਆਪਣੇ ਪਿਓ ਸ਼ੈਤਾਨ ਤੋਂ ਜੇ ਕਿਹਨਾਂ ਨੂੰ ਕਿਹਾ? ਪਰਮੇਸ਼ਵਰ ਇਹ ਜਹੂਦੀਆਂ ਨੂੰ ਕਹਿ ਰਿਹਾ, ਜਹੂਦੀਆਂ ਨੂੰ ਕਹਿ ਰਿਹਾ। ਕਹਿੰਦੇ ਸੀ ਅਬਰਾਹਮ ਨੂੰ ਮੰਨਦੇ ਆ, ਤੈਨੂੰ ਨਹੀਂ ਮੰਨਦੇ। ਤੇ ਪਰਮੇਸ਼ ਪ੍ਰਭੂ ਯਿਸੂ ਨੇ ਕਿਹਾ ਕਿਹਾ ਅਬਰਾਹਮ ਤੇ ਮੇਰੀ ਵੀ ਮਹਿਮਾ ਕਰਦੇ ਆ। ਲੈ ਤੇਰੀ ਉਮਰ ਹਜੇ 50 ਸਾਲ ਨਹੀਂ ਤੇ ਸਾਡਾ ਅਬਰਾਹਮ ਤੈਨੀ ਉਮਰ ਦਾ ਸੀ। ਉਹ ਕਿਸ ਤਰੀਕੇ ਨਾਲ ਵੇਖਣ ਡੇ ਸੀ? ਉਮਰਾਂ ਦੇ ਸਹਿਬ ਨਵੇਂ ਦੇ ਸੀ। ਇੱਥੇ ਪਰਮੇਸ਼ਵਰ ਪ੍ਰਭੂ ਯਿਸੂ ਨੇ ਕੀ ਆਖਿਆ? ਯਿਸੂ ਨੇ ਉਹਨਾਂ ਨੂੰ ਆਖਿਆ ਕਿ ਜੇ ਪਰਮੇਸ਼ਵਰ ਤੁਹਾਡਾ ਪਿਤਾ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ। ਜਿਹਨੇ ਪ੍ਰਭੂ ਨੂੰ ਨਹੀਂ ਪਿਆਰ ਕੀਤਾ ਉਹ ਸੇਵਕ ਨੂੰ ਪਿਆਰ ਕਿੱਦਾਂ ਕਰੇਗਾ? ਹਲੇਲੂਇਆ। ਜਿਹਨੇ ਪ੍ਰਭੂ ਨੂੰ ਪਿਆਰ ਨਹੀਂ ਕੀਤਾ ਉਹ ਸੇਵਕ ਨੂੰ ਪਿਆਰ ਨਹੀਂ ਕਰੇਗਾ। ਕੀ ਲਿਖਿਆ? ਇਸ ਲਈ ਜੋ ਮੈਂ ਪਰਮੇਸ਼ਵਰ ਤੋਂ ਨਿਕਲਿਆ ਅਤੇ ਆਇਆ ਹਾਂ, ਕਿਉਂਕਿ ਮੈਂ ਆਪ ਤੋਂ ਆਪ ਨਹੀਂ ਪਰ ਉਹ ਮੈਨੂੰ ਪਰ ਉਹਨੇ ਮੈਨੂੰ ਕੀ ਆ ਘੱਲਿਆ। ਪ੍ਰਭੂ ਯਿਸੂ ਆਪਣੀ ਮਰਜ਼ੀ ਨਾਲ ਥੋੜ੍ਹੀ ਆਇਆ ਸੀ, ਉਹਨੂੰ ਕੋਈ ਘੱਲਣ ਵਾਲਾ ਸੀ। ਹੁਣ ਪ੍ਰਭੂ ਯਿਸੂ ਦਾ ਧਰਤੀ 'ਤੇ ਆਉਣ ਦਾ ਪਲੈਨ ਕੀ ਸੀ? ਕਿ ਜਦੋਂ ਆਦਮ ਨੇ ਪਾਪ ਕੀਤਾ ਅਤੇ ਲੋਕ ਪ੍ਰਭੂ ਤੋਂ ਜੁਦਾ ਹੋ ਗਏ, ਫਿਰ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਘੱਲਿਆ ਕਿ ਇਹਨਾਂ ਦਾ ਫਿਰ ਮੇਲ ਮਿਲਾਪ ਕੀ ਆ? ਪ੍ਰਭੂ ਦੇ ਆਉਣ ਦਾ ਕੋਈ ਮੇਨ ਮਤਬਲ ਸੀ? ਅੱਗੇ ਕੀ ਲਿਖਿਆ? ਲਿਖਿਆ ਤੁਸੀਂ ਮੇਰੇ ਬੋਲ ਕਿਉਂ ਨਹੀਂ ਸਮਝਦੇ? ਇਸ ਲਈ ਜੋ ਮੈਂ ਪਰਮੇਸ਼ਵਰ ਦੇ ਵਚਨ ਇਸ ਲਈ ਜੋ ਮੇਰੇ ਵਚਨ ਸੁਣ ਨਹੀਂ ਸਕਦੇ। ਕਿਹਨਾਂ ਨੂੰ ਕਹਿ ਰਿਹਾ ਪ੍ਰਭੂ? ਯਹੂਦੀਆਂ ਨੂੰ। ਚਾਰ ਜਿਹੜੀ ਇਹਦੀ 44 ਐਤ ਆ, ਇਹ ਆਪਣੇ ਲਿਖ ਕੇ ਘਰ ਵਿੱਚ ਲਓ, ਵੱਡੀ ਕਰਕੇ ਪੇਂਟ ਕਰਾ ਕੇ ਨਾ ਐਡੀ ਵੱਡੀ ਤਸਵੀਰ ਲਓ ਬਣਾ ਕੇ, ਜਿੰਨੇ ਲੋਕ ਸੁਣਦੇ ਫਿਰ ਤੋਂ ਪੜ੍ਹੋ, ਹੁਣ ਧਿਆਨ ਦੇ ਕੇ ਸੁਣਨਾ। ਹੁਣ ਸੁਣੋ ਸ਼ੈਤਾਨ ਦੀ ਚਲਾਕੀ। ਲਿਖਿਆ ਤੁਸੀਂ ਆਪਣੇ ਪਿਓ ਸ਼ੈਤਾਨ ਤੋਂ ਹੋ ਅਤੇ ਆਪਣੇ ਪਿਓ ਦੀਆਂ ਕਾਮਨਾ, ਕਾਮਨਾ ਦਾ ਮਤਲਬ ਕਿ ਜੋ ਉਹ ਕਹਿੰਦਾ ਤੁਸੀਂ ਉਹਦੀ ਗੱਲ ਕੀ ਕਰਦੇ ਜੀ? ਮੰਨਦੇ। ਤੁਸੀਂ ਫਾਸਟਿੰਗ ਰੱਖ ਲੈਂਦੇ? ਸ਼ੈਤਾਨ ਕਹਿੰਦਾ ਰੋਟੀ ਖਾ ਲਾ, ਸ਼ੈਤਾਨ ਕਹਿੰਦਾ ਮੋਬਾਈਲ ਚਲਾ ਲਾ, ਸ਼ੈਤਾਨ ਕਹਿੰਦਾ ਟੀ ਵੀ ਵੇਖ ਲਾ, ਸ਼ੈਤਾਨ ਕਹਿੰਦਾ ਕੋਠੇ 'ਤੇ ਚੜ੍ਹ ਜਾ। ਇਹ ਕਿਹਦੀ ਕਾਮਨਾ ਵਾ? ਸ਼ੈਤਾਨ ਦੀ। ਕੀ ਲਿਖਿਆ? ਲਿਖਿਆ ਤੁਸੀਂ ਆਪਣੇ ਪਿਓ ਸ਼ੈਤਾਨ ਤੋਂ ਹੋ ਅਤੇ ਆਪਣੇ ਪਿਓ ਦੀਆਂ ਕਾਮਨਾ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋ ਹੀ ਮਨੁੱਖ ਘਾਤੀ ਸੀ। ਇਹਦਾ ਮਤਲਬ ਉਹ ਤਾਂ ਮੁੱਢੋ ਕੀ ਸੀ? ਕਿਹੜੀ ਜਗ੍ਹਾ 'ਤੇ? ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਆਦਮ ਨੂੰ ਪ੍ਰਭੂ ਨੇ ਬਣਾਇਆ ਉਸੇ ਵਕਤ ਮਨੁੱਖ ਘਾਤੀ ਹੋ ਗਿਆ ਸੀ। ਕਿਹਦੇ ਬੰਦੇ ਨੂੰ? ਅੱਜ ਵੀ ਇਹਦੀ ਲੜਾਈ ਕਿਹਦੇ ਨਾਲ ਆ? ਇੱਕ ਐਤ ਕੱਢੇ ਜੀ ਪ੍ਰਕਾਸ਼ ਦੀ ਪੋਥੀ, ਵੇਖੋ ਵੇਖੀ ਸ਼ੈਤਾਨ ਅੱਜ ਕਿਹਨਾਂ ਲੋਕਾਂ ਨਾਲ। ਪ੍ਰਕਾਸ਼ 13:17, ਪ੍ਰਕਾਸ਼ 13:17, ਇੱਕ ਸੈਕਿੰਡ, 13:17 ਇੱਕ ਸੈਕਿੰਡ, ਥੋੜ੍ਹੀ ਜਿਹੀ ਮਿਸਟੇਕ ਹੈ, 12:12:17 ਬ੍ਰਦਰ ਜੀ। ਹੁਣ ਵੇਖੋ ਸ਼ੈਤਾਨ ਕਿਹਨਾਂ ਨਾਲ ਲੜਦਾ, 12:17 ਨਹੀਂ ਨਹੀਂ 12, ਤੁਸੀਂ 13 ਦੀ ਕੱਢ ਰਹੇ ਜੀ, 12 ਪ੍ਰਕਾਸ਼ 12 ਉਹਦੀ 17। ਲਿਖਿਆ ਤੇ ਅਜਗਰ ਨੇ ਇਸਤਰੀ ਉੱਤੇ ਕ੍ਰੋਧ ਆਇਆ ਅਤੇ ਉਹਦੇ ਵੰਸ਼ ਵਿੱਚ ਜਿਹੜੇ ਰਹਿੰਦੇ ਅਤੇ ਜਿਹੜੇ ਪਰਮੇਸ਼ਵਰ ਦੀਆਂ ਆਗਿਆਵਾਂ ਦੀ ਪਾਲਣਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਸਨ ਉਹਨਾਂ ਨਾਲ ਯੁੱਧ ਕਰਨ ਚਲਿਆ ਗਿਆ ਅਤੇ ਉਹਨਾਂ ਨੂੰ ਸਮੁੰਦਰ ਵਿੱਚ, ਸਮੁੰਦਰ ਦੇ ਵਿੱਚ। ਅੱਜ ਇਹਦਾ ਯੁੱਧ ਕਿਹਦੇ ਨਾਲ ਆ? ਹਲੇਲੂਇਆ। ਯੁੱਧ ਕਿਹਦੇ ਨਾਲ ਆ? ਨੰਬਰ 1 ਪ੍ਰਭੂ ਨੇ ਕਿਹਾ ਜਿਹੜਾ ਮੇਰੀ ਆਗਿਆਵਾਂ ਨੂੰ ਮੰਨਦਾ, ਅਤੇ ਨੰਬਰ 2 ਜਿਹੜਾ ਉਹਦੀ ਗਵਾਹੀਆਂ ਕੀ ਕਰਦਾ, ਇਹਨਾਂ ਦੇ ਨਾਲ ਹੀ ਉਹਦਾ ਕੀ ਹੈ? ਆਮੀਨ। ਇਸ ਕਰਕੇ ਮੇਰੇ ਭੈਣ ਭਰਾ ਵੇਖੋ, ਸ਼ੈਤਾਨ ਦੇ ਪੈਂਤਰੇ ਫੜਨੇ ਆ ਅਤੇ ਬਾਈਬਲ ਲਿਖਿਆ ਐਡਾ ਸ਼ੈਤਾਨ ਗਲਤ ਆ, ਇਸ ਸਵਰਗ ਵਿੱਚ ਵੀ ਜੰਗ ਲੜਾਈਆਂ ਕਰਾਉਂਦਾ ਸੀ। ਇਹਨਾਂ ਬੋਲੋ ਵੀ ਇੱਥੇ ਆਪਾਂ ਇੱਕ ਦੂਜੇ ਦੇ ਵਿਰੁੱਧ ਬੋਲਦੇ ਹਾਂ, ਵੇਖੋ ਸਵਰਗ 'ਚ ਕਿਹੜੀ ਪਲੈਨ ਕੀਤੀ। ਇਹ ਬ੍ਰਦਰ ਜੀ ਇੱਕ ਸੈਕਿੰਡ, ਇਹਦੀ ਤੁਸੀਂ 7 ਤੋਂ ਸ਼ੁਰੂ ਕਰੋ। ਅੱਜ ਤੁਹਾਨੂੰ ਸ਼ੈਤਾਨ ਦੇ ਪਲੈਨਿੰਗ ਦਾ ਪਤਾ ਲੱਗੂਗਾ ਕਿ ਸ਼ੈਤਾਨ ਨੂੰ ਕਿਸ ਤਰ੍ਹਾਂ ਹਰਾ ਸਕਦੇ ਹਾਂ, ਪਹਿਲੇ ਬਾਈਬਲ ਦਾ ਪਤਾ ਹੋਵੇ। ਹਾਂਜੀ ਦੀ, ਵੇਖੋ ਜਦੋਂ ਸਵਰਗ ਵਿੱਚ ਜੰਗ ਹੋਈ ਆ, ਇਹਨੂੰ ਧਿਆਨ, ਹਾਂਜੀ, ਫਿਰ ਸਵਰਗ ਵਿੱਚ ਯੁੱਧ ਹੋਇਆ, ਹਾਂ ਹਾਂ, ਮੀਕਾਇਲ ਅਤੇ ਉਹਦੇ ਦੂਤ ਅਜਗਰ ਨਾਲ ਲੜਨ ਨੂੰ ਨਿਕਲੇ, ਹਾਂਜੀ, ਅਤੇ ਅਜਗਰ ਲੜਿਆ, ਹਾਂ, ਨਾਲੇ ਉਹਦੇ ਦੂਤ, ਪਰ ਇਹ ਪ੍ਰਬਲ ਨਾ ਹੋਏ। ਲਿਖਿਆ ਪ੍ਰਬਲ, ਪ੍ਰਬਲ ਦਾ ਮਤਲਬ ਸਫਲ ਨਹੀਂ ਹੋ ਸਕਿਆ। ਹੁਣ ਅੱਜ ਕੱਲ੍ਹ ਕਹਿੰਦੇ ਆ ਸ਼ੈਤਾਨ ਤੇ ਕੋਈ ਆ,
आ फलाना ध्यान नहीं है। हुण इत्थे की लिखिआ, इह लड़िआ ते नाले दे दूत भी है, एक तिहाई दूत जिहड़े दे नाल की होए आ डिगे आ शैतान दे। इत्थे जिहड़े वड्डे जिहड़े प्रचारक उह भी कई जिहड़े कह दिंदे लै इक्को ही आ होर ते कोई नहीं आ। पर इत्थे की लिखिआ, की लिखिआ, लिखिआ पर इह प्रबल ना होए अते ना स्वर्ग विच इहनां नूं फिर थां की होइआ मिलिआ। इह हुण वेखो की करदा है, अज वलंटीयर वलंटीयर के विरुद्ध आ, कवैर कवैर के विरुद्ध आ, तबले वाला ढोलकी वाले के विरुद्ध आ, तो ढोलकी वाला गाड़ी होर के विरुद्ध आ, तो पास्टर पास्टर के विरुद्ध आ, तो बस क्यों वा इहदा परपस तुसीं सिखण वास्ते जा रहे। हाँ हाँ, अते ओह वड्डा अजगर हेठां सुट्टिआ गया, लिखिआ ओह वड्डा अजगर जिहड़ा हेठां सुट्टिआ गया। हाँ जी, ओह पुराना सप, हाँ जी, जिहड़ा अबलीस अते शैतान करके सदाउंदा है, हाँ जी, जो सारे जगत नूं भरमाउंदा है। सारे जगत नूं की कर रिहा? भरमाउंदा है। भरमा रिहा कि नहीं? रहन दे, चर्च की करन जाणा ई, तेरा कड़ा काम होण डिआ? रहन दे, तेरा घर वाला कड़ा सुधरन डिआ? रहन दे, चर्च दान के देणा तेरा कड़ा घर बण डिआ? इह की करदा? भरमाउंदा। समझ आ रही? चर्च ना जायो, उत्थे की मिलना? उहने लंगर तों वी डक देणा, ताडा ते घर ही लंगर तों चलण डिआ। करदा कि नहीं शैतान हेरा फेरियां? मैं तां ही कहिंदा कल्ले चर्च नहीं होणा, ब्लैसिंग उहनां लोकां दी जिहड़े लोक सिखदे आ। प्रेयर हुण असर देवेगी जदों बाइबल दी समझ होएगी, ते जे कल्ली प्रेयर करन डिआ ते प्रभु हुण लोकी चाली चाली दिन दा वरत रख दिंदे आ, महीना महीना वरतां दे बैठे रहिंदे आ, पर उहदा कोई वी उत्तर नहीं। क्यों? प्रभु कहिंदा सब तों पहले मेरा परपस, मेरा वचन पढ़, वचन चों सुण किस तरीके नाल मैं काम करदा। तो उदां करी जांदे जां कॉपियां मारी जांदे इक दूजे दीआं, वे नकलां करदे, आ पास्टर इदां करदा, फायर फर मैं वी कर। प्रभु कहिंदा ओए, तेरी फायर दी ड्यूटी नहीं, तेरी बाइबल दी ड्यूटी। कॉपी कैट नहीं बनना, जे कॉपी कैट बनांगे खुदा कदी नहीं काम करेगा। तुसीं तुहानूं डायरेक्ट प्रभु बोलेगा, जे तुहाडी कॉलिंग प्रभु वल्लों आ ते तुहानूं कहेगा इस जगह नूं पढ़, इहनूं ना इहनूं पढ़, इहनूं बोल, मैं करन वास्ते की आ। हुण इह जगह ते मेरे भैण भरा वेखो, अज शैतान दे आपां प्लैन वेखे आ, उहने पूरी धरती नूं भरमाउंदा, मैनूं वी भरमाउंदा। जे तेरा परमेश्वर आ क्यों नहीं होया? जे तेरा परमेश्वर आ क्यों नहीं होया? जे तेरा प्रभु आ ते आ क्यों नहीं होया? शैतान मेरे रोज पता कहिंदा, आंदा जे तू मेरे घर ढावेगा ते तेरा घर किदां बचेगा? मैनूं बच्चिआं विचों दी प्रॉब्लम करदा, अलग अलग तरह दे सताव दिंदा, पर वेखो मैं वचन नूं जाणदा। जदों आपां प्रकाश 2:10 ऐत पढ़दे हाँ, उहदे विच खुदा ने सानूं क्लीयर करता, कहिंदा जिहड़े दुख तू भोगणे उहनां तों की करी